ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਤੱਕ ਪੰਜਾਬ ਮੈਂ ਤੁਹਾਡੇ ਨਾਲ ਸੁਖਿੰਦਰ ਸਿੰਘ ਮੇਰੇ ਨਾਲ ਕੁ ਵਿਦਵਾਨ ਡਾਕਟਰ ਪਿਆਰਾ ਨਾਲ ਗਰਗ ਮੌਜੂਦ ਨੇ ਅੱਜ ਅਸੀਂ ਬਿਹਤਰ ਮੁੱਦਾ ਜੋ ਅਡਾਨੀ ਨੂੰ ਲੈ ਕੇ ਚਰਚਾ ਚੱਲ ਰਹੀ ਹੈ ਦੇਸ਼ ਵਿਦੇਸ਼ਾਂ ਦੇ ਵਿੱਚ ਕਿ ਇੱਕ ਬਹੁਤ ਤਕੜਾ ਫਰਾਡ ਹੋਇਆ ਜਾਂ ਜੋ ਮੀਡੀਆ ਦੇ ਵਿੱਚ ਸਾਹਮਣੇ ਆ ਰਿਹਾ 250 ਮਿਲੀਅਨ ਡਾਲਰ ਤੋਂ ਉੱਤੇ ਦੀ ਖੇਡ ਆ ਤੇ ਭਾਰਤੀ ਰੁਪਈਆ ਵਿੱਚ ਕਈ ਏਕ ਰਾਂਸੀ ਚ ਕਈ ਏ ਤਾਂ ਉਹ 2236 ਕਰੋੜ ਦੇ ਹਰ ਦੇ ਗਿਰਦਾ ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਦੇ ਵਿੱਚ ਅਡਾਨੀ ਜਿਹੜੇ ਗੌਤਮ ਅਡਾਨੀ ਨੇ ਉਹਨਾਂ ਦੇ ਇਕਲਾਪ ਤੇ ਉਹਨਾਂ ਦੇ ਹੋਰ ਸਾਥੀਆਂ ਖਿਲਾਫ ਕੋਈ ਅਰੈਸਟ ਵਾਰੰਟ ਜਾਰੀ ਕੋਲੇ ਨਹੀਂ ਕਾਫੀ ਤਹਿਲਕਾ ਮੀਡੀਆ ਵਿੱਚ ਹੈ ਰਾਹੁਲ ਗਾਂਧੀ ਹੋਣੀ ਪ੍ਰੈਸ ਕਾਨਫਰੈਂਸ ਕਰ ਰਹੀ ਨੇ ਬੀਜਪੀ ਆਪਣਾ ਜਵਾਬ ਦੇ ਰਹੀ ਆ ਆਵਾਮ ਆਦਮੀ ਪਾਰਟੀ ਲੋਕ ਕਹਿੰਦੇ ਨੇ ਕਿ ਭਾਰਤ ਦੀ ਇੱਜ਼ਤ ਨੂੰ ਜਿਹੜਾ ਉਹ ਦਾਗ ਲਗਾ ਦਿੱਤਾ ਆਖਰਕਾਰ ਮਾਮਲਾ ਕੀ ਹੈ ਜਾਂ ਇਹਦੇ ਪਿੱਛੇ ਦੀ ਖੇਡ ਕੀ ਹੈ ਕਿ ਹੁਣ ਭਾਰਤ ਦੇ ਅੰਦਰ ਵੀ ਮੰਗ ਕੀਤੀ ਜਾ ਰਹੀ ਹੈ ਵਿਰੋਧੀਆਂ ਵੱਲੋਂ ਕਿ ਉਹ ਦਾਨੀ ਨੂੰ ਗ੍ਰਿਫਤਾਰ ਕਰਨਾ ਚਾਹੀਦਾ ਇਹਦੇ ਤਾਰ-ਪਾਤਰ ਨਾਲ ਕਿੱਦਾਂ ਜੁੜਦੇ ਨੇ ਜਾਂ ਬੀਜੇਪੀ ਦੇ ਨਾਲ ਮੋਦੀ ਸਾਹਿਬ ਨਾਲ ਅਮਿਤ ਸ਼ਾਹ ਨਾਲ ਜਾਂ ਉਸ ਕਾਰਪੋਰੇਟ ਲੋਬੀ ਨੂੰ ਜਿਹੜੀ ਪੁਸ਼ਤ ਪਨਾਈ ਹੁੰਦੀ ਆ ਉਹਦੇ ਨਾਲ ਕਿੱਦਾਂ ਜੁੜਦੇ ਨੇ ਫਿਰ ਇਹ ਵੀ ਗੱਲ ਜਾਣਣੀ ਲਾਜ਼ਮੀ ਹੈ ਕਿ ਜਦੋਂ ਕਾਰਪੋਰੇਟ ਨੂੰ ਫਾਇਦਾ ਪਹੁੰਚਾਉਣ ਲਈ ਕਿਸਾਨੀ ਨੂੰ ਖੇਤਾਂ ਵਿੱਚੋਂ ਜਾਂ ਖੇਤੀ ਵਿੱਚੋਂ ਜਾਂ ਜ਼ਮੀਨ ਤੋਂ ਪਰਵੇ ਕੀਤਾ ਜਾਂਦਾ ਤਾਂ ਉਹਦਾ ਕੀ ਅਸਰ ਹੁੰਦਾ ਸੂਰਿਆ ਵਿਚਾਰ ਤੁਸੀਂ ਆਪਣੇ ਅਹ ਚਾਹਲੀ ਚੱਤ ਸੁਰਦਬਾਦ ਕਮੈਂਟ ਜ਼ਰੂਰ ਕਰੋ ਡਾਕਟਰ ਸਭ ਸਵਾਗਤ ਹੈ ਜੀ ਤੁਹਾਡਾ ਕਿਉਂਕਿ ਇਹ ਬਾਤ ਹੈ ਧੰਨਵਾਦ ਡਾਕਟਰ ਸਭ ਪਹਿਲਾ ਇਹ ਮਾਮਲਾ ਸਮਝਣਾ ਚਾਹਾਂਗੇ ਕਿ ਇਹਦੇ ਤਾਰਕ ਇਸ ਢੰਗ ਨਾਲ ਭਾਰਤ ਨਾਲ ਜੁੜਦੇ ਨੇ ਜਾਂ ਇੰਨਾ ਰੌਲਾ ਰੱਪਾ ਕਿਉਂ ਪੈ ਰਿਹਾ ਅੱਗੇ ਵੀ ਉਹ ਹਿੰਡਨਬਰਗ ਦੀ ਰਿਪੋਰਟ ਆਈ ਉਹ ਵੀ ਵਟੇਖਾਤੇ ਪੈਣ ਵਾਲਾ ਕੰਮ ਹੋਇਆ ਇਹਦੇ ਨਾਲ ਵੀ ਕਹਿੰਦੇ ਸ਼ੇਅਰ ਮਾਰਕੀਟ ਨੂੰ ਬਹੁਤ ਵੱਡੀ ਸੱਟ ਲੱਗੀ ਆ ਕੋਸ ਸੁਖਿੰਦਰ ਜੀ ਲੱਗਦਾ ਵੇ ਸਿੱਤਾ ਲੋਗਾਂ ਨੂੰ ਬੜਾ ਲੱਗਦਾ ਹੈ ਵੀ ਇਹਦੇ ਬਾਰੇ ਬੜੀਆਂ ਖਬਰਾਂ ਇਹ ਆਈਆਂ ਨੇ ਲੋਕਾਂ ਨੇ ਵੀਡੀਓ ਪਾਈ ਹੋਈ ਨੇ ਫੋਟੋਆਂ ਪਾਈਆਂ ਹੋਈਆਂ ਨੇ ਇਹ 1987 ਸਕੂਟਰ ਤੇ ਗੁੰਮਦਾ ਹੁੰਦਾ ਸੀ ਹਾਂਜੀ ਭਾਵੇਂ ਇਹ ਤੋਂ ਤੁਸੀਂ ਪੈਸਾ ਉਹ ਤੋਂ ਪਹਿਲਾਂ ਮਾਨੀ ਵਾਲੀ ਇੱਕ ਫਿਗਰ ਆਈ ਸੀ ਇੱਕ ਫਿਲਮ ਆਈ ਸੀ ਤੇ ਉਹ ਫਿਲਮ ਦੇ ਵਿੱਚ ਦਿਖਾਇਆ ਗਿਆ ਸੀ ਕਿ ਇਹ ਕਿਵੇਂ ਇਹਨੇ ਪੈਸਾ ਬਣਾਇਆ ਡਿਗੀ ਲਾਉਣਾ ਹੁੰਦਾ ਸੀ ਜਿਹੜਾ ਉਹ ਤੇ ਰੂਪਾਇਮ ਬਣੇ ਕਿ ਉਹਦੇ ਵਾਰੇ ਇਹ ਮਤਲਬ ਕੋਈ ਜਿਹੜੇ ਮੇਰੇ ਤੇਰੀ ਨਾਲ ਕਪੜਾ ਵੇਚਦਾ ਜਾਂ ਕੁਛ ਇਸ ਤਰ੍ਹਾਂ ਦਾ ਬੜਾ ਛੋਟਾ ਬਿਜ਼ਨਸੀ ਜਿਹਨੂੰ ਆਪਾਂ ਕਹੀਏ ਉਹ ਉਹਨਾਂ ਦੀ ਜਾਇਦਾਦ ਕਿਵੇਂ ਬੜੀ ਇਹ ਜਿਹੜੇ ਦੋ ਨਵੇਂ ਬਿਜ਼ਨਸਮੈਨ ਆਏ ਨੇ ਹੁਣ ਜਿਹੜੇ ਹੋਰ ਵੀ ਵੱਡੇ ਬਣ ਰਹੇ ਨੇ ਇਹ ਬਿਜ਼ਨਸਮੈਨ ਵੈਸੇ ਪੁਰਾਣਿਆਂ ਨਾਲ ਇੱਕ ਫਰਕ ਹੈ ਮਬਾ ਇਹ ਬੋੜ ਕਾਲੀ ਚ ਨੇ ਜਿਵੇਂ ਅੱਜਕੱਲ੍ਹ ਦੇ ਵਿਦਵਾਨ ਵੀ ਅੱਜਕੱਲ੍ਹ ਦੇ ਸਿਆਸਤਦਾਨ ਵੀ ਅੱਜਕੱਲ੍ਹ ਦੇ ਨੌਕਰਸ਼ਾਹ ਵੀ ਅੱਜਕੱਲ੍ਹ ਦਾ ਹਰ ਇੱਕ ਮੀਡੀਆ ਵਾਲੇ ਵੀ ਬੇਖਕਰੀ ਹਉ ਹੁਣੀ ਪੌੜੀ ਫਿਰ ਫਿਰ ਪੌੜੀ ਚੱਲ ਜਾ ਕੀ ਹੈਗਾ ਸਾਡੇ ਇੱਕ ਡਾਕਟਰ ਮੈਨੂੰ ਫੋਨ ਕਰਕੇ ਕਹਿੰਦਾ ਹੈ ਕਹਿੰਦਾ ਡਾਕਟਰ ਸਾਹਿਬ ਪਤਾ ਹੀ ਸੋਚਦੇ ਸੀ ਵੀ ਆ ਫਰਾਨੇ ਪ੍ਰੋਫੈਸਰ ਨੇ ਐਨੀ ਉਮਰ ਚਾਕੇ ਕੋਠੀ ਬਣਾਲੀ ਕਹਿੰਦਾ ਆਪਣੇ ਵਾਲੇ ਤਾਂ ਹੁਣੀ ਕਹਿੰਦੇ ਨੇ ਵੀ ਅੱਜ ਹੀ ਕੋਠੀ ਬਣਾਲੀ ਕਿਉਂਕਿ ਪੀੜੀਆਂ ਨਾਲ ਅਗਨੇ ਬਹੁਤ ਕਾਲੀਆਂ ਤੇ ਗਈਆਂ ਉਹਦੇ ਵਿੱਚ ਉਹ ਨੈਤਿਕਤਾ ਉਹਦੇ ਚ ਕਾਨੂੰਨ ਕੋਈ ਕੀ ਜੋ ਨਾ ਵਾਸਤੇ ਨਹੀਂ ਉਹ ਪੈਸਾ ਪੀਂਦਾ ਜਦ ਪੈਸਾ ਪੀਲ ਹੋ ਗਿਆ ਬੰਦੇ ਦਾ ਉਦੋਂ اصول ਕੋਈ ਨਹੀਂ ਕਰਦਾ ਫਿਰ ਉਹ ਸ਼ਾਮਦਾਮ ਦੰਡ ਤੇ ਨਾ ਕੰਮ ਕਰਦਾ ਫਿਰ ਜਹੀ ਜੀ ਫੱਟੋ ਉਹ ਜੇ ਫੱਟੋ ਦੇ ਯਾਰ ਇਹ ਉਹ ਗਾਹ ਰਲ ਉਹਨਾਂ ਨਾਲ ਗਿਆ ਜਿਨ੍ਹਾਂ ਦਾ ਕੰਮ ਹੀ ਸ਼ਾਮਦਾਮ ਦੰਡ ਤੇ ਨਾਲ ਕੰਮ ਚਲਾਉਣਾ ਛੇ ਸਿਆਸ ਵੀ ਲੋਕਾਂ ਨੂੰ ਪਾੜ ਦੋ ਮੁਲਕ ਦਾ ਬੁਰਾ ਹਾਲ ਕਰ ਦੋ ਪੁਰਾਣਾ ਇਤਿਹਾਸ ਝੂਠ ਬੋਲੀ ਜਾ ਗੱਪ ਮਾਰੀ ਜਾ ਵੀ ਇਹ ਤਾਂ ਸਾਡੇ ਤਾਂ ਬੜੀ ਸੋਨ ਚੀੜੀਆਂ ਸੀ ਔਰ ਲੋਕਡਾਉਨ ਦੇ ਵਿੱਚ ਕਹਿੰਦੇ ਚਾਰ ਉਹ ਚਾਰ ਕਿਤਾਬਾਂ ਦਿਖਾ ਦਿਓ ਵੀ ਜੇ ਅਸੀਂ ਤਾਂ ਬਹੁਤ ਉਹ ਫਿਰ ਹੋਰ ਵੀ ਜ਼ਿਆਦਾ ਹੋ ਜਾਂਦਾ ਵੀ ਚਲ ਇਹ ਤਾਂ ਸਾਰੀ ਇੱਕੋ ਜੇ ਨੇ ਕਹਿੰਦੇ ਜੇ ਗੌਂਡੀ ਦਾ ਰੂਪ ਨਹੀਂ ਹੋਊ ਤਾਂ ਚਾਰ ਤਾਂ ਆ ਹੀ ਜਾਂਦਾ ਔਰ ਇਹ ਜਿਹੜਾ ਅਦਾਨੀ ਦਾ ਸਮੱਸਿਆ ਉਹ ਇਹ ਹੈ ਕਿ ਇੰਨੀ ਤੇਜੀ ਨਾਲ ਜਿਹੜਾ ਵਧਿਆ ਹੈ ਇਹ ਨਹੀਂ ਕੋਈ ਇੱਥੇ ਵਪਾਰ ਨਹੀਂ ਹੋਣਾ ਚਾਹੀਦਾ ਇਹ ਨਹੀਂ ਕੋਈ ਕੋਈ ਜੇ ਇੰਡਸਟਰੀ ਦਾ ਹੁੰਦਾ ਕੋਈ ਮਾੜੀ ਗੱਲ ਹੈ ਇਹ ਨਹੀਂ ਜੇ ਕੋਈ ਇੰਡਸਟਰੀਿਸ ਅੱਗੇ ਇੱਕ ਤੋਂ ਦੋ ਬਣਾਉਂਦਾ ਕੋਈ ਮਾੜੀ ਗੱਲ ਹੈ ਪਰ ਇਹਨਾਂ ਦਾ ਕੀ ਹੈ ਇੰਨਾ ਦੇ ਇਹ ਹੈ ਵੀ ਸਾਰੇ ਨਿਯਮ ਕਾਨੂੰਨ ਨੈਤਿਕਤਾ ਸਭ ਕਾਸੇ ਨੂੰ ਸਕੇਤੇ ਟੰਗ ਕੇ ਜਿਵੇਂ ਮਰ ਗਈ ਆਪਦਾ ਕੰਮ ਕੱਢਣਾ ਹੈ। ਹਰ ਹਰ ਬੰਦੇ 'ਚ ਹਰ ਤਰੀਕੇ ਦਾ ਦਬਾਅ ਪਾਉਣਾ ਹੈ। ਹਰ ਤਰੀਕੇ ਦੇ ਦਬਾਅ 'ਚ ਬਹੁਤ ਨਜਾਇਜ਼ ਵਾਬੇ ਸ਼ਾਮਲ ਹੁੰਦੇ ਨੇ। ਮੈਂ ਚੰਗਾ ਜੀ ਤੁਹਾਨੂੰ ਨਹੀਂ ਕਰਦਾ ਫਿਰ ਤੇਰੇ ਤੇ ਦੇਖਾਂਗੇ ਕੀ ਹੈ। ਕਿੰਨੇ ਕ ਬੰਦੇ ਨੇ ਜਿਹੜੇ ਸਹਿ ਰਣਗੇ। ਹੁਣ ਪਹਿਲਾਂ ਹਿੰਦਨ ਵਰਗ ਰਿਪੋਰਟ ਆਈ। ਉਦੋਂ ਇਹਦਾ ਥੱਲੇ ਕੀ ਰਿਹਾ ਸੀ ਗਰਾਫ ਉਦੋਂ ਜਿਹੜਾ ਅੰਮ੍ਰਿਤਸਰ ਵਾਲਾ ਕਾਂਡ ਹੋਇਆ ਉਹ ਲੋਕਾਂ ਮਤਲਬ ਮੇਰੇ ਹਿਸਾਬ ਨਾਲ ਉਹ ਕਾਂਡ ਜਾਣਬੁੱਝ ਕੇ ਹੋਣ ਦਿੱਤਾ ਗਿਆ ਸੀ ਨੇ ਅੰਮ੍ਰਿਤਸਰ ਸ਼ਾਇਦ ਉਥੇ ਰੋਕਿਆ ਜਾ ਨਾ ਸਕਦਾ ਉਹਨੂੰ ਰੋਕਿਆ ਜਾ ਸਕਦਾ ਸੀ ਉਹ ਜਾਣਬੁੱਝ ਕੇ ਨਹੀਂ ਰੋਕਿਆ ਗਿਆ ਕਿਉਂ ਕਿ ਬਾਕੀ ਮੁੜਕੇ ਦੇ ਵਿੱਚ ਇਹ ਹੋ ਜਾ ਖਾਲਸਤਾਨ ਆ ਗਿਆ ਖਾਲਸਤਾਨ ਆ ਗਿਆ ਖਾਲਸਤਾਨ ਆ ਗਿਆ ਉਹ ਦੇਖਾ ਕਿ ਵੀ ਪਾਕਿਸਤਾਨ ਦੀ ਸਟੇਟ ਇੰਨੀ ਕਮਜ਼ੋਰ ਹੈ ਵੀ ਉਹ ਅਮਰਤਪਾਲ ਗੁਰੂਗ੍ਰਾਮ ਸਾਹਿਬ ਦੀ ਸਵਾਰੀ ਲੈ ਜਾ ਕੇ ਥਾਣੇ ਨੂੰ ਘੇਰ ਲੇਗਾ ਤੇ ਐਸਪੀ ਦੇ ਧਿਗਣਾ ਲੈ ਕੇ ਖੜ ਜਾਏਗਾ ਤੇ ਇੰਡੀਅਨ ਸਟੇਟ ਦੇ ਉੱਪਰ ਰਹੇਗੀ ਬਿਲਕੁਲ ਇੰਡੀਅਨ ਸਟੇਟ ਦਾ ਆਤੀ ਅੰਦਰੋਂ ਨੂੰ ਖੁਸ਼ੀ ਸਮਾ ਵੀ ਠੀਕ ਹੈ ਗੱਦ ਹੋ ਗਈ ਜਿਵੇਂ ਕਿਸੇ ਤੋਂ ਖੋਲੂ ਪਾਉਣ ਵਾਲੀ ਗੱਲ ਉਹ ਇੰਡੀਅਨ ਸਟੇਟ ਰੋਕ ਸਕਦੀ ਸੀ ਉਹਨੇ ਜਾਣ ਬੁੱਝ ਕੇ ਨਹੀਂ ਰੋਕਿਆ ਕਿਉਂ ਕਿਉਂਕਿ ਉਹਦਾ ਉਦੇਸ਼ ਹੋਰ ਸੀ ਅਮਰਤਪਾਲ ਦਾ ਉਦੇਸ਼ ਤਾਂ ਸਿਰਫ ਉਹ ਇੱਕ ਬੰਦੇ ਨੂੰ ਅਨ ਆਦਾਨ ਕਰਉ ਨਸੀ ਨਾ ਸੱਚੀ ਸੀ ਝੂਠੀ ਸੀ ਆ ਭਾਈ ਯਾਰ ਨਾ ਵੀ ਜਾਈਏ ਉਹ ਤਾਂ ਵੈਸੇ ਹੀ ਛੱਡਿਆ ਜਾਂਦਾ ਸੀ ਛੱਡ ਦਿੰਦੀ ਉਹਨੂੰ ਫੜਿਆ ਹੀ ਕਿਉਂ ਫਿਰ ਇਹ ਇੰਨੀ ਗੱਲ ਦਾ ਪਰ ਜਿਹੜਾ ਉਹਨੂੰ ਨਹੀਂ ਰੋਕਿਆ ਗਿਆ ਇਸ ਥੀਕਾ ਇਸੇ ਕਰਕੇ ਨਾਲ ਫਿਰ ਕੋਈ ਵੀ ਜਾ ਰਹੇਗਾ ਉਹ ਇੰਡੀਅਨ ਸਟੇਟ ਨੂੰ ਪਤਾ ਸੀ ਜੇ ਸੁਖਿੰਦਰ ਤੁਸੀਂ ਜਾਓਗੇ ਜਾਂ ਮੈਂ ਜਾਵਾਂਗੇ ਸਾਨੂੰ ਨਹੀਂ ਐ ਕਰਨ ਦੇਣਾ ਉਹਨਾਂ ਨੇ ਉਹਨਾਂ ਨੂੰ ਪਤਾ ਸੀ ਵੀ ਅੰਮ੍ਰਿਤਸਰ ਵੀ ਵੀਰ ਚੱਲਦੀ ਹੈ ਜੇ ਕਿਤੇ ਇਹਦਾ ਇਹ ਕੰਮ ਆਪਾਂ ਦਿਖਾ ਦਈਏ ਤੇ ਇਹ ਤਾਂ ਵਾਕਈ ਹੋ ਜਾਊਗਾ ਵੀ ਇਹ ਤਾਂ ਖਾਨਿਸਤਾਨ ਬਸ ਇਹ ਤਾਂ ਫਾਰਟ ਦਾ ਕੰਮ ਖਰਾਬ ਕਰਦਾ ਉਹਨਾਂ ਨੇ ਦਿਖਾਤਾ ਸਾਰਾ ਮੀਡੀਆ ਤੁਸੀਂ ਇੱਕ ਰੋਗ ਉਦੋਂ ਦਾ ਕੱਢ ਲਓ ਉਦੋਂ ਦਾ ਹਿੰਡਨਬਰਗ ਰਿਪੋਰਟ ਕਿੰਨੀ ਧੋਖੀ ਹੋ ਗਈ ਹਰ ਰੋਜ਼ ਹੀ ਜਿਹੜਾ ਅਮਾਨੀ ਦਾ ਅਦਾਨੀ ਦਾ ਸ਼ੇਰ ਰੋਜ਼ ਵੀ ਕਿੰਨਾ ਥੱਲੇ ਚੜਾਗਾ ਕਿੰਨਾ ਥੱਲੇ ਚੜਾ ਗਿਆ ਕਿੰਨੀ ਇਹਦੀ ਜਾਇਦਾਦ ਘਟ ਗਈ ਉਹ ਰੋਜ਼ ਆਉਂਦਾ ਸੀ ਜਿਹੜਾ ਮੰਦ ਬਿਲਕੁਲ ਅਜਿਹਾ ਨਾਲਾ ਥਾਣਾ ਕਿਹੜਾ ਥਾਣਾ ਕਿਹੜਾ ਬਸ ਆਹ ਨੂੰ ਹੋ ਗਿਆ ਇਹ ਤੈਨਾਂ ਜਸ ਜੱਜ ਦੋਆ ਦੀ ਡੈਥ ਹੋਈ ਸੀ ਇਹਦੇ ਉੱਤੇ ਕਹਾਣੀ ਹੈ ਮਸ਼ਹੂਰ ਵੀ ਉਹ ਲੋ ਇਹਨਾਂ ਨੇ ক্রিকেট ਦਾ ਮੈਚ ਚਲਾਤਾ ਸੀ। ਸੋ ਇਹਨੂੰ ਕਹਿੰਦੇ ਨੇ ਵਰਤਾਂਤ ਬਦਲਦਾ। ਇਹ ਵਰਤਾਂਤ ਬਦਲਣ ਦੇ ਬਹੁਤ ਮਹਾਨ ਨੇ। ਆਹ ਉਹਨਾਂ ਝਾਰਖੰਡ ਦੀ ਚੋਣ ਚ ਹੈ ਹੀ ਹੈ ਨਾ, ਬੇਟੀ ਔਰ ਮਿੱਟੀ। ਕਿਹ ਤਾਂ ਵੈਸੀ ਨਹੀਂ ਚੰਗਾ ਲੱਗਦਾ। ਬੇਟੀਆਂ ਧੀਆ ਪੈਣਾ ਸਭ ਦੀ ਸੰਗੀਆਂ ਹੁੰਦੀਆਂ ਨੇ। ਕਿਸੇ ਧੀ ਪੈਣ ਵਾਰੇ ਨਹੀਂ ਮਾੜਾ ਕਹਿਦਾ ਹੁੰਦਾ। ਵੀ ਉਹ ਚੁੱਕ ਕੇ ਲੈ ਜਾਣਗੇ। ਅਧੂਗੀ ਆ ਤੁਸੀਂ ਤਾਂ ਮਿਹਨਤ ਹੀ ਰਹੀ ਹੋਵੇ। ਤੁਸੀਂ ਇਸ ਕਰਕੇ ਇਹ ਜਿਹੜਾ ਅਡਾਨੀ ਦਾ ਜਿਹੜਾ ਮਾਮਲਾ ਹੈ ਉਹ ਇਹ ਹੈ ਕਿ ਉਸ ਦੇ ਉਦੋਂ ਖੇਗ ਗਰੀ ਉਹਨੇ ਕਿਉਂਕਿ ਜਿਲਾ ਬਣਾਇਆ ਉਹ ਤਾਂ ਸਿੱਧੀ ਗੱਲ ਹੀ ਹੈ ਵੈਸੇ ਤਾਂ ਬਾਬੇ ਨੇ ਕਿਹਾ ਇਸ ਜਰ ਕਾਰਨ ਕਣੀ ਵਿਗੁੱਤੀ ਇਹ ਜਰ ਕਣੀ ਖੁਆਈ ਪਾਪਾਂ ਬਾਝੋਂ ਹੋਵੇ ਨਾਹੀ ਮੋਇਆ ਸਾਥ ਨਜਾਈ ਹੁਣ ਪਾਪ ਕੀ ਆ ਉਹਦੇ ਚ ਜਲ ਜਨਮੀ ਦੌਲਤ ਅਡਾਨੀ ਜੀ ਦੀ ਤਾਂ ਦੌਲਤ ਇਕੱਠੀ ਕਰੀਏ ਬੜੇ ਥੋੜੇ ਸਮੇਂ ਵਿੱਚ ਇਕੱਠੀ ਕਰੀਏ ਪਰ ਬਾਬਾ ਕਹਿੰਦਾ ਵੀ ਪਾਪ ਤਾਂ ਬਿਨਾਂ ਇਕੱਠੀ ਹੁੰਦੀ ਬਿਲਕੁਲ ਤੇ ਮਰੇ ਦੇ ਨਾਲ ਨਹੀਂ ਜਾਣੀ ਇਹ ਤਾਂ ਆਪਾਂ ਨੂੰ ਪਤਾ ਹੈ ਹੁਣ ਟਾਟਾ ਮਰ ਗਿਆ ਹੁਣ ਨਾਲ ਤਾਂ ਗਿਆ ਸਾਰਾ ਕੁਝ ਡਬ ਡਬ ਆਈ ਕੌਂਟਰੀ ਦੇਸ ਦਾ ਇੰਡਸਟਰੀ ਦੇ ਸੀਓ ਵੀ ਤਾਂ ਸੋ ਇਹ ਜਿਹੜਾ ਦਾਨੀ ਦੇ ਵਾਸਤੇ ਬਾਬੇ ਨੇ ਜਿਹੜਾ ਕਿਹਾ ਦੁਬਾਰਾ ਜਿਵੇਂ ਮੈਂ ਕਹਾ ਨਾਲ ਤਾਂ ਜਾਣਾ ਨਹੀਂ ਪਰ ਹੁਣ ਪਾਤ ਕੀ ਨੇ ਤੇ ਇਹਦਾ ਪਾਪ ਇਹ ਹੈ ਵੇ ਤੁਸੀਂ ਦੁਸ਼ਟ ਕਰਕੇ ਇਕੱਠਾ ਕਰਨਾ ਹੈ ਡੁੱਟ ਨਹੀਂ ਜਿਹੜੇ ਬੰਦੇ ਦਾ ਜਿੰਨਾ ਹੱਕ ਉਹ ਨਹੀਂ ਦੇਣਾ ਉਹ ਹੱਕ ਮਾਰ ਕੇ ਕਰਨਾ ਹੈ ਹੱਕ ਪ੍ਰਾਇ ਨਾਨਕਾ ਉਸੂਰ ਉਸ ਗਾਇ ਉਹ ਇਕੱਠਾ ਕਰਿਆ ਫਿਰ ਤੁਸੀਂ ਧੋਖਾ ਦੇ ਕੇ ਕਰਨਾ ਹੈ ਫਿਰ ਤੁਸੀਂ ਨੈਤਿਕਤਾ ਛੱਡ ਕੇ ਕਰਨਾ ਹੈ ਦਬਾਅ ਪਾ ਕੇ ਕਰਨਾ ਹੈ ਕਾਨੂੰਨ ਤੋੜ ਕੇ ਕਰਨਾ ਹੈ ਕਿਉਂਕਿ ਇੱਡੇ ਵੱਡੇ ਬਿਜ਼ਨਸ ਚ ਹੱਦੀਆਂ ਗਲੰਦਰ ਤਾਂ ਸੇ ਵੀ ਨਹੀਂ ਪਤਾਦਾ ਕਾਹ ਦੇ ਕਾਨੂੰਨ ਟੁੱਟ ਗਿਆ ਉਹ ਕਾਨੂੰਨ ਤੋੜਨਾ ਹੱਕ ਹੀ ਸਮਝਣ ਲੱਗ ਜਾਂਦੇ ਨੇ ਆ ਕਹੀ ਜਿਵੇਂ ਆਉਂਦੇ ਨੇ ਗੇਲੇ ਮਾਰੇ ਮਾਰੇ ਨਵੇਂ ਨਵੇਂ ਸਿਆਸਦਾਨ ਬੰਦੇ ਨੇ ਉਸ ਦਿਨ ਜੇ ਪੁਲਿਸ ਵਾਲ ਨੇ ਸਾਡੀ ਗੱਡੀ ਰੋਕ ਕੇ ਪੁੱਛ ਲਈ ਫੇਰ ਅਸੀਂ ਥੋੜੇ ਪੈ ਰਹੇ ਕਿ ਸਿਆਸਦਾਨ ਇਹਨੂੰ ਕਿਸ ਹਮਤ ਪੈ ਜੇ ਵੀ ਗੱਡੀ ਰੋਕੇ ਹਾਲਾਂਕਿ ਉਹ ਪੁਲਸ ਵਾਲਾ ਖੜਾ ਵਿਚਾਰਾ ਸਿਪਾਹੀ ਹੈ ਉਹਦੀ ਤਾਂ ਡਿਊਟੀ ਹੈ ਰੋਕਣਾ ਉਹਦੇ ਗੱਲ ਪੈ ਜਾਂਦੇ ਨੇ ਉਹ ਡਰ ਜਾਂਦਾ ਪਰ રોજ ਹੀ ਦੇਖਦੇ ਆ ਇਹ ਗੱਲ ਕੋਈ ਇੱਕ ਦਿਨ ਨਹੀਂ ਹੈ इवन ਹਮੈਨੂੰ ਨਹੀਂ ਪਤਾ ਕਿੰਨੀ ਗੱਗ ਸਕੀ ਆ ਜਿਹੜਾ ਉਹ ਕੁਲਵਿੰਦਰ ਕੌਰ ਵਾਲਾ ਮਾਮਲਾ ਸੀ ਉਹਦੇ ਚ ਆਪਾਂ ਇਹੀ ਦੇਖਿਆ ਸੀ ਵੀ ਸੈਲੀਬ੍ਰਿਟੀ ਨੂੰ ਉਹ ਕਹਿੰਦੇ ਵੀ ਮੈਂ ਤੈਨੂੰ ਆਖਿਆ ਸੀ ਆਪਦਾ ਸਮਾਨ ਚੈੱਕ ਕਰਾ ਇੱਚ ਕਰਾ ਨਹੀਂ ਰਹੀ ਸੀ। ਹਰੇ ਕੋਈ ਵੱਡੀ ਗੱਲ ਨਹੀਂ ਵੀ ਸ਼ਾਇਦ ਇਹ ਵੀ ਗੱਲ ਹੋਈ ਹੋਵੇ ਹੋਈ ਜਾਂ ਨਹੀਂ ਹੋਈ ਇਹ ਤਾਂ ਸਮਾਂ ਦੱਸੇਗਾ ਇਨਕਾ ਹੀ ਦੱਸੇਗੀ। ਪਰ ਇਹ ਜਿਹੜਾ ਇਹ ਸਾਮ ਦਾਮ ਦੰਡ ਭੇਜਦਾ ਨਹੀਂ ਤੁਸੀਂ ਹੱਕ ਮਾਰਨਾ ਹੱਕ ਮਾਰਨਾ ਵੀ ਜਿਹੜੇ ਤੁਹਾਡੇ ਜਿੰਨੇ ਵੀ ਕੰਮ ਕਰਨ ਵਾਲੇ ਉਹਨਾਂ ਨੂੰ ਪੈਸੇ ਨਹੀਂ ਦੇਨੇ ਉਹਨੇ ਜਿੰਨੇ ਉਹਨਾਂ ਦਾ ਬੰਦ ਹੈ। ਜਿਹੜੇ ਬੰਦੇ ਤੋਂ ਕੱਚਾ ਮਾਲ ਲੈਣੇ ਜਿਹੜੇ ਕੱਚਾ ਮਾਲਗਾ ਹਾਂ ਕੋਈ ਕਾਨਾ ਚੋਂ ਨਿਕਲ ਰਿਹਾ ਹੈ ਕੋਈ ਤੇਲ ਦਾ ਕੰਮ ਕਰ ਰਿਹਾ ਹੈ ਕੋਈ ਅਨਾਜ ਦਾ ਕਰ ਰਿਹਾ ਹੈ ਜਿਵੇਂ ਹੁਣ ਇਹਦੇ ਦਾ ਚੇ ਸੇਬਾਂ ਦੇ ਉਹ ਗੋਦਾਮ ਨੇ ਜਿਹੜੇ ਜਿਹਨੂੰ ਸਾਇਲੋ ਕਹਿੰਦੇ ਆਗੇ ਗੋਦਾਮਾਂ ਨੂੰ ਉਹਦੇ ਚ ਆ ਹੁਣ ਹੀ ਮੈਂ ਗੱਲ ਕਰਦਾ ਆਂ ਲੋਧਿਆਣੇ ਵੀ ਇੱਕ ਪਾਸੇ 6 ਰੁਪਏ ਕਿਲੋ ਲੈ ਕੇ ਇਸਨੇ ਅੰਦਰ ਵਾਲੇ ਨੇ 6 ਤੇ ਦੂਜੇ ਪਾਸੇ 13 ਰੁਪਏ ਕਿਲੋ ਹੀ ਵੇਚਦਾ ਨਾਲ ਦੀ ਨਾਲ ਬਸ ਵਿਚੋਂ ਨਹੀਂ ਲੰਘਾਣਾ ਹੀ ਸੀ ਉਹਨੇ ਕੀ ਆ ਇਹ ਲੁੱਟੀ ਆ ਨਾ ਜਿਹੜਾ ਬਾਗ ਵਾਲਾ ਛੇ ਬਾਂਦੇ ਦਾ ਉਹ ਤਾਂ ਮਿਹਨਤ ਕਰਦਾ ਰਿਹਾ ਉਹਨੂੰ ਤਾਂ ਰੁਪਏ 6 ਮਿਲੇ ਕਿਲੋ ਦੇ ਕਿ ਐਲਾਨੀ ਸਾਹਿਬ ਨੂੰ 7 ਹੋਰ ਮਿਲ ਗਏ ਐ ਚ ਐ ਲੰਘਾਉਂਦੀ ਇਹ ਤੋਂ ਪਤਾ ਚੱਲਦਾ ਕਿ ਨਾ ਅੱਜੀ ਗੱਲ ਕਰੇ ਜੀ ਆਟਾ ਇੱਕ ਵਿਕਦਾ ਉਹ 20 22 ਪੈਕੇ ਦਾ ਦੁਕਾਨ ਕਾ ਉਹਦੀ ਸਫਾਈ ਵਿੱਚ ਜਿੰਨਾ ਮਰਜ਼ੀ ਤੈਸਲਾ ਲੋ ਉਹ ਵਿਚ ਉਹ ਪਚਵੰਜਾ ਰੇ ਕਿੰਨਾ ਵਿਕ ਰਿਹਾ ਹੁਣ ਭਾਈ ਨੇ ਪਿਆ ਨਾ ਜਦ 55 ਚਲਾ ਗਿਆ ਸਿਰਫ ਆਟਾ ਹੀ ਸਿੰਪਲ ਆਟਾ ਫੈਂਡਿੱ ਚ ਸੀਲ ਕਰਕੇ ਇਹ ਤਾਂ ਮਤਲਬ ਸਿੱਧਾ ਗੱਲ ਹੈ ਨਾ ਵੀ ਕਿੱਥੋਂ ਜਾਣਾ ਫਿਰ ਉਹਦੇ ਵਿੱਚ ਕਿੰਨੇ ਆ ਕਿਉਂਕਿ ਇਹ ਮੈਂ ਤਾਂ ਉਦਾਹਰਨਾ ਦੇ ਰਿਹਾ ਕਿ ਅਨਾਜ ਦੇ ਵਪਾਰ ਚ ਹੈ ਫੂਡ ਸਟੱਫ ਦੇ ਵਪਾਰ ਚ ਹੈ ਨਾ ਨਹੀਂ ਕੋਈ ਆ ਹਵਾ ਚ ਨਹੀਂ ਹੈਗੀ ਉਹ ধারণা ਜਦ ਤੁਸੀਂ ਆਪ ਦਾ ਕੋਲਡ ਸਟੋਰ ਚਾਹੀਦਾ ਹੈ ਆਪ ਦਾ ਸਟੋਰ ਚਾਹੀਦਾ ਹੈ ਕੋਆਪਰੇਟਿਵ ਚਾਹੀਦਾ ਉਹ ਗੰਦੀ ਕੋਆਪਰੇਟਿਵ ਅਸੀਂ ਬਣਾਇਆ ਨਹੀਂ ਤੁਸੀਂ ਕਹਿੰਦੇ ਚਲੋ ਕਿਸੇ ਪ੍ਰਾਈਵੇਟ ਵਾਲ ਨੂੰ ਕਹਿੰਨ ਉਹ ਯਾਰ ਮੇਰੇ ਗੰਡੇ ਰੱਖ ਲੈ ਮੇਰੇ ਆਦੂ ਰੱਖ ਲੈ ਇਥੇ ਕਹਿੰਦਾ ਜੀ ਮੈਂ ਤੁਹਾਡੇ ਤਾਂ ਰੱਖ ਹੀ ਨਹੀਂ ਸਕਦਾ ਮੈਂ ਤਾਂ ਕਿਸੇ ਕੰਪਨੀ ਦੇ ਰੱਖ ਸਕਦਾ ਤੁਸੀਂ ਕੰਪਨੀ ਬਣਾ ਲਓ 10 ਬੰਦੇ ਇਕੱਠੇ ਹੋ ਕੇ ਯਾਨੀ ਕਿ ਜਿਹੜਾ ਇੰਡੀਵਿਜੂਅਲ ਕਿਸਾਨ ਹੈ ਵਿਅਕਤੀਗਤ ਕਿਸਾਨ ਉਹ ਤੁਸਮਾ ਰੱਖਣਾ ਨਹੀਂ ਕੰਪਨੀ ਜੀ ਬਣਾ ਕੇ ਉਹ ਪਿਆਜ਼ ਜਦ 70 ਰੁਪਏ ਸੀਜ਼ਨ ਚ ਉਹਦਾ 70 ਰੁਪਏ ਕਿਲੋ ਮਿਲਣਾ ਫੇ 70 ਰੁਪਏ ਦੇ ਕਿਰੇ ਹਜੇ ਕੱਲ ਮੰਡੀ ਚ ਇਹੀ ਗੱਲ ਦਾ ਹਿਸਾਬ ਹੋਣਾ ਆਲੂ ਪਿਆਜ਼ ਦੇ ਵਿੱਚੋਂ ਪਤਾ ਨਹੀਂ ਕਿੰਨਾ ਰੁਪਈਆ ਬੰਦਾ ਕਿਉਂਕਿ ਆਲੂ ਪਿਆਜ਼ ਚਹੀਦੀ ਚੀਜ਼ ਹੈ ਨਾ ਜਿਹੜੀ ਹਰੇਕ ਹੀ ਖਾਂਦਾ ਥੋੜ੍ਹਾ ਜੁੱਟ ਸੋ ਆਲੂ ਪਿਆਜ਼ ਦੇ ਵਿੱਚ ਇੰਨੇ ਰੁਪਈਆ ਬੰਦ ਜਾਂਦਾ ਅਦਾਨੀ ਸਾਹਿਬ ਤੋਂ ਫੂਡ ਦੇ ਬਿਜ਼ਨਸ ਦੇ ਵਿੱਚ ਨੇ ਸੋ ਇਹ ਜਿਹੜਾ ਤੌਰ ਤਰੀਕਾ ਹੈ ਕਿ ਤੁਸੀਂ ਭੰਡਾਰਨ ਕਰਕੇ ਉਹ ਜਿਹੜੇ ਕਾਨੂੰਨ ਖੇਤੀ ਕਾਨੂੰਨ ਤੇ ਲੜੇ ਸੀ ਕਿਸਾਨ ਉਹ ਆਹੀ ਗੱਲ ਸੀ ਹੋਂ ਤੱਕ ਜੇ ਕੁਝ ਵਸਤਾਂ ਦੇ ਪੰਡਾਨਮ ਦੇ ਉੱਤੇ ਸੀਮਾ ਵੀ ਇਤੋਂ ਵੱਧ ਨਹੀਂ ਤੁਸੀਂ ਇਕੱਠਾ ਕਰ ਸਕਦੇ ਉਹ ਸੀਮਾ ਚੱਕਤੀ ਸੀ ਦੂਜਾ ਹੋਂ ਤੱਕ ਇੱਕ ਹੈ ਉਹਦੇ ਤੇ ਇੱਕ ਭਾ ਵੀ ਸੀਮਾ ਹੈ ਸੌਟਾ ਤੈ ਵੀ ਕਰ ਸਕਦੀ ਹੈ ਉਹ ਵੀ ਚੱਕਤੀ ਸੀ ਵੀ ਜਿੰਨਾ ਮਰਜ਼ੀ ਵਧਾਈ ਜਾਓ ਹੁਣ ਇਹ ਦੋਨੇ ਸਾਧਨ ਦਾ ਡੰਡ ਭੇਦ ਨਾਲ ਹੀ ਆਏ ਨੇ ਮੈਂ ਤਾਂ ਕਹਿਣਾ ਹੁਣ ਉਹਨੇ ਇੱਥੇ ਤੱਕ ਹੀ ਗਿਆ ਇੱਥੇ ਦਾ ਮੁਨਕ ਤਾਂ ਕਿਉਂਕਿ ਸਰਕਾਰਾਂ ਨਾਲ ਵੀ ਰਲਿਆ ਹੋਇਆ ਹੈ ਕਹਿੰਦੇ ਘਰ ਦਾ ਟੋਲ ਕਰਦੀ ਝੂਮਣੀ ਬਜਾਦਾ ਦੀ ਬਜਾਦਾ ਦੀ ਕਿ ਸਾਇਆ ਪੈ ਇੱਕ ਤਵਾਲ ਤਾਂ ਢਾਰਕਾ ਹੈਗਾ ਜਦ ਮੋਦੀ ਸਾਹਿਬ ਦੇ ਉਹ ਦੋਸਤ ਨੇ ਪੱਕੇ ਫਿਰ ਤਾਂ ਉਹਨਾਂ ਨੂੰ ਕੋਈ ਡਰ ਨਹੀਂ ਨਾ ਪਰ ਉਹ ਉਹਨਾਂ ਨੇ ਸੋਚਿਆ ਆਪ ਅਮਰੀਕਾ ਚ ਵੀ ਕਰ ਦੀਏ ਹੁਣ ਜਿਹੜਾ ਹੋਇਆ ਉਹ ਹਿੰਦਨ ਵਰਗ ਨੇ ਤਾਂ ਪੂਰੀ ਰਿਪੋਰਟ ਦਿੱਤੀ ਅਨਪਾ ਕਿਵੇਂ ਸ਼ੈੱਡ ਕੰਪਨੀਆਂ ਬਣਾਈਆਂ ਕਿਵੇਂ ਉਹਦੇ ਵਿੱਚ ਜਿਹੜਾ ਪੈਸਾ ਹੈ ਉਹ ਆਪ ਹੀ ਇੱਧਰ ਉੱਧਰ ਟ੍ਰਾਂਸਫਰ ਕਰਕੇ ਹੋਇਆ ਸਾਰੀ ਕਹਾਣੀ ਸਭ ਨੂੰ ਪਤਾ ਨਹੀਂ ਡਿਟੇਲ ਚ ਨਹੀਂ ਜਾ ਰਿਹਾ ਪਰ ਇੱਕ ਗੱਲ ਤਾਂ ਪੱਕੀ ਹੋਈ ਹੈ ਨਾ ਵੀ ਹੁਣ ਤਾਂ ਜਿਹੜਾ ਉਹ ਦਨੀ ਦਾ ਅਮਰੀਕਾ ਦੇ ਵਿੱਚ ਜੋ ਹੋਇਆ ਆ ਤਾਜਾ ਜਿਹੜਾ ਹਸਕੇ ਨੇ ਇਹਦੇ ਚ ਕੀ ਆਇਆ ਇਹਦੇ ਚ ਇਹਨੇ ਉੱਥੇ ਪੈਸਾ ਲਿਆ ਬੈਂਕਾਂ ਤੋਂ ਕੀ ਕਹਿ ਕਹਦੇ ਆ ਇਹ ਕਹਿ ਕਹਦੇ ਆ ਵੀ ਮੈਂ ਗ੍ਰੀਨ એનર્ਜੀ ਸ਼ੁਰੂ ਕਰੀ ਹਰਤੂ ਊਰਜਾ ਹਰਤੂ ਊਰਜਾ ਜਿਹਨੇ ਆਪਾ ਸੌਲਰ ਬਣਾਉਣ ਤੋਂ ਨੇ ਠੀਕ ਹੋ ਗਿਆ ਵੀ ਤਾਂ ਕਿ ਆ ਜਿਹੜਾ ਪਰਿਆਵੰਦੀਆ ਹੁਣੀ ਕਲਾਈਮੇਟ ਦੇ ਉੱਤੇ ਜਿਹੜਾ ਹੈਗਾ ਨਾ ਵਾਤਾਵਰਨ ਦਾ ਬਦਲਾਅ ਆਦਿ ਤੇ ਸੰਪਤੀ ਦੇ ਵਧਨ ਦੇ ਉੱਤੇ ਜਲਵਾਯੂ ਖਰਾਬ ਹੋਣ ਦੇ ਉੱਤੇ ਇੰਟਰਪਾਰਟੀ ਕਾਂਗਰਸ ਚੱਲ ਰਹੀ ਹੈ ਇੰਟਰ ਗਵਰਨਮੈਂਟ ਪਾਰਟੀ ਸੀਓਪੀ ਕਹਿੰਦੇ ਨਾ ਕਾਨਫਰੰਸ ਆਫ ਪਾਰਟੀਆਂ ਜਾਨੀ ਕਿ ਉਹ ਪਾਰਟੀਆਂ ਲਫਦਾ ਮਤਲਬ ਸਰਕਾਰਾਂ ਉਹ ਸਰਕਾਰਾਂ ਦੀ ਹੋ ਰਹੀ ਹੈ ਬਲੀਵਿਆ ਦੇ ਵਿੱਚ ਦਾ ਉਹਦਾ ਉਹ ਹੈਗਾ ਇਨਚਾਰਜ ਤੇ ਅਜੜ ਬਹਿਜਾਂ ਚ ਹੋ ਰਹੀ ਹੈ ਬਾਕੀ ਉੱਥੇ ਕੱਲ ਨੂੰ ਉਹ ਖਤਮ ਹੋਣੀ ਹੈ ਉੱਥੇ ਆ ਗਿਆ ਵੀ ਇਹ ਗਲੋਬਲ ਵਾਰਮਿੰਗ ਕਿਵੇਂ ਹੋ ਰਹੀ ਹੈ ਇਸ ਕਰਕੇ ਗ੍ਰੀਨ એનર્ਜੀ ਬਣਾਓ ਇਹ ਜਿਹੜਾ ਸੀ ਕੋਲੇ ਆ ਸੋਕ ਬਣਾਉਣੇ ਆ ਚਰਾਟੀ ਬਦਨ ਕਰਦੇ ਆ ਪੈਟਰੋਲ ਤੋਂ ਕਰਦੇ ਆ ਡੀਲ ਦੇ ਵੀ ਕਈ ਬਿਜਲੀ ਬਣਾਉਣ ਵਾਲੇ ਵੀ ਇਹ ਵੀ ਕਰਦੇ ਆ ਵੀ ਇਹ ਸਾਰੇ ਸਾਡੇ ਪਰਿਆਵਰਣ ਨੂੰ ਖਰਾਬ ਕਰ ਰਹੇ ਨੇ ਜਲਵਾਯੂ ਨੂੰ ਖਰਾਬ ਕਰ ਰਹੇ ਨੇ ਧਰਤੀ ਨੂੰ ਗਰਮ ਕਰ ਰਹੇ ਨੇ ਕਿ ਜੇ ਇਹ ਆਰਮੀ ਤਪਸ਼ ਵਧਦੀ ਆ ਪਰ ਉਹ ਜਿੱਦਾਂ ਵਧੀ ਲਿਖੀ ਆ ਤੋ ਜੇ ਆਦਮੀ ਤਪਸ਼ ਵੱਧੀ ਆ ਤਾਂ ਪੂਰੀ ਮਨੁੱਖਤਾ ਨੂੰ ਖਤਰਾ ਹੈ ਪੂਰੇ ਏ ਧਰਤੀ ਨੂੰ ਖਤਰਾ ਹੈ ਇਹ ਧਰਤ ਗਾਇਬ ਖਤਮ ਹੋ ਜਾਣਾ ਹੈ ਇਹ ਹੈ ਸਵਾਲ ਹੁਣ ਉਹਦੇ ਚ ਬੜਾ ਲੱਗਦਾ ਵੀ ਹਾਂ ਯਾਰ ਗੱਲ ਤਾਂ ਠੀਕ ਹੈ ਆਪਾਂ ਸੂਰਜ ਦੀ ਕੁਦਰਤੀ ਊਰਜਾ ਨੂੰ ਵਰਤੋ ਹਲੇ ਕੋਈ ਐਨੀ ਵੀ ਨਵੀਂ ਗੱਲ ਹੈ ਬਹੁਤ ਬੰਦਿਆਂ ਨੂੰ ਆ ਲੱਗਦਾ ਵੀ ਇਹ ਤਾਂ ਕਮਾਲ ਦੀ ਗੱਲ ਹੈ ਮੈਂ ਸੱਚੀ ਉੱਚੀ ਅਭੀਤ ਬਚਪਨ ਚ ਜਦ ਮੈਂ ਦੂਜੀ ਚੀਜ਼ ਪੜ੍ਹਦਾ ਸੀ ਮੈਂ ਗਰੀਬ ਧਰਾਂ ਨੂੰ ਊਰਜੀ ਊਰਜਾ ਵਰਤਦੇ ਦੇਖਿਆ ਗਰਿਹਾ ਹੈ ਕਿ ਉਹਨਾਂ ਕੋਈ ਸੋਲਰ ਲੈਂਟਰ ਲਾਈ ਹੋਈ ਸੀ ਈਸੋਲਰ ਕੋ ਕਰਿਆ ਹੋਇਆ ਸੀ ਈਸੋਲਰ ਪੰਪ ਲਾਇਆ ਹੋਇਆ ਸੀ ਨਾ ਉਹ ਕੀ ਕਰਦੇ ਸੀ ਉਹਨਾਂ ਕੋਲ ਬਾਲਣ ਜਿੰਨੇ ਪੈਸੇ ਨਹੀਂ ਹੁੰਦੇ ਸੀ ਬਾਥੀਆਂ ਵੀ ਨਹੀਂ ਲੈ ਸਕਦੇ ਹੁੰਦੀਆਂ ਸੀ ਉਹ ਉਹ ਬਾਲਟੀ ਚ ਪਾਣੀ ਪਾ ਕੇ ਧੁੱਪੇ ਧਰ ਦਿੰਦੇ ਸਰਦੀਆਂ ਚ ਉਹ ਬਾਲਟੀ ਚ ਵੀ ਆਪੇ ਗਰਮ ਹੋ ਜਾਂਦਾ ਫੇਰ ਨਾੰਦੇ ਕੱਪੜੇ ਧੋਦੇ ਜੀ ਵਾਲਟੀ ਤੋਂ ਪੇਟੜ ਕੇ ਗਰਮ ਕਰਨਾ ਬਤਰੀ ਸੋਲਰ ਨਰਗੀ ਨੂੰ ਵਰਤਣਾ ਹੈ ਹੁਣ ਜਿਹੋ ਜਿਹੇ ਬੰਦੇ ਕੋਲ ਸਮਾਨ ਹੈ ਉਸੇ ਇਤ ਨਹੀਂ ਵਰਤੂਗਾ ਨਾ ਇਹ ਮੈਂ ਖੁਦ ਦੇਖਿਆ ਠੀਕ ਹੋ ਗਿਆ ਹੁਣ ਇੱਕ ਆਪਾਂ ਉਹਦਾ ਜੰਤਰ ਬਣਾ ਲਿਆ ਕਰਤਾ ਇੰਨੀ ਹੋਈ ਹੈ ਉਹ ਜੰਤਰ ਨੂੰ ਅਸੀਂ ਕਹਿੰਦਾ ਸੋਲਰ ਪਾਵਰ ਪਲਾਂਟ ਸੂਰਜੀ ਊਰਜਾ ਬਿਜਲੀ ਤਾ ਠੀਕ ਹੈ ਨਾ ਉਹ ਕਹਿੰਦਾ ਮੈਂ ਸੂਰਜੀ ਊਰਜਾ ਬਿਜਲੀ ਘਰ ਬਣਾਵਾਂਗਾ ਜਾ ਕੇ ਤੇ ਨਾਲੇ ਤਾਂ ਇਹ ਗਲੋਬਲ ਵਾਰਨਿੰਗ ਨੂੰ ਘਟਾਏਗਾ ਨਾਲੇ ਦੇਸ਼ ਨੂੰ ਫਾਇਦਾ ਕਰੇਗਾ ਸਾਡੇ ਨੂੰ ਨਾਲੇ ਦੁਨੀਆ ਨੂੰ ਫਾਇਦਾ ਕਰੇਗਾ ਉਹਨੇ ਕਰਜਾ ਲੈ ਲਿਆ ਇੱਥੇ ਵੀ ਆ ਕੇ ਇੱਥੇ ਸਾਰਾ ਸੋਲਰ ਦਾ ਵੱਡਾ ਕੰਮ ਕਰ ਰਹੀਆਂ ਨੇ ਭਾਰਤੀ ਸਰਕਾਰ ਇੱਥੇ ਸਰਕਾਰਾਂ ਨਾਲ ਸੌਦੇਬਾਜ਼ੀ ਸ਼ੁਰੂ ਕਰਤੀ ਇੱਥੇ ਤੱਕ ਆ ਗਿਆ ਵੀ ਇੱਕ ਤੋਂ ਮੁੱਖ ਮੰਤਰੀ ਦਾ ਨਾਮ ਆ ਗਿਆ ਵਿੱਚ ਕਹਿੰਦੇ ਨੇ ਵੀ ਉਹਨੂੰ ਪੈਸੇ ਦਿੱਤੇ ਦੀ ਆਗੇ ਪਤਾ ਨਹੀਂ ਉਹਨੇ ਮੰਗੇ ਜਾਂ ਉਹਨੂੰ ਦਿੱਤੇ ਜਾਂ ਕੀ ਕਰਿਆ ਪਿੱਛੇ ਜਿਹੋ ਉਹਦੇ ਉੱਤੇ ਕਿਉਂਕਿ ਉਹ ਥੋੜਾ ਜਿਹਾ ਫਿਲਫਿਲ ਕਰ ਰਿਹਾ ਸੀ ਕੇਂਦਰ ਦੀ ਸਰਕਾਰ ਨਾਲ ਉਹਦੇ ਨੇੜੇ ਸੀ ਪਹਿਲਾਂ ਤੇ ਉਹਦੇ ਉੱਤੇ ਦਬਕਾ ਵੀ ਵੱਜਿਆ ਹੋਇਆ ਸੀ ਇਹਦਾ ਮਤਲਬ ਉਹ ਤੋਂ ਗੱਲ ਹੋਣੀ ਹੈ ਕੋਈ ਕਿਉਂਕਿ ਦਬਕੇ ਦੇ ਅੰਦਰ ਤਾਂ ਅਸੀਂ ਬਈ ਲਈਦਾ ਦਬਕਾ ਦੰਦਾਲਾ ਇਹਦਾ ਮੈਂ ਕੇਂਦਰ ਨੂੰ ਪਤਾ ਸੀ ਹੁਣ ਦੂਜੀ ਗੱਲ ਉਹਦੇ ਵਿੱਚ ਆ ਗਿਆ ਵੀ ਚਾਰ ਪੰਜ ਹੋਰ ਲੀਡਰਾਂ ਦੇ ਨਾਮ ਵੀ ਆ ਰਹੇ ਨੇ ਕੋਈ ਤਾਂ ਕਹਿੰਦੇ ਨੇ ਕਿ ਸਾਹਿਦ ਕਿਥੇ ਗਵਰਨਰ ਵੀ ਆ ਰਹੇ ਹੋਗੇ। ਸੋ ਇਹ ਜਿਹੜਾ ਹੈਗਾ ਇਸ ਮਾਮਲੇ ਵਿੱਚ ਇਸ ਹਮਾਮ ਚ ਸਾਰੇ ਕੁਝ ਹੁੰਦੇ ਜਾ ਰਹੇ ਨੇ। ਪਹਿਲੀ ਗੱਲ ਤਾਂ ਸਿਆਸਦਾਨਾਂ ਦਾ ਕਹਿਣਾ ਬਹੁਤ ਔਖਾ ਹੈ। ਬਾਬੇ ਨੇ ਕਿਹਾ ਕੋਟ ਮਧੇ ਕੋ ਵਿਰਲਾ ਸੇਵਕ ਹੋਣ ਸਗਲੇ ਬਿਵਹਾਰੀ ਹੁਣੇ ਵਪਾਰੀ ਨੇ ਸਾਰੇ। ਸਿਆਸਦਾਨ ਹੁਣ ਸਿਆਸਤ ਨਹੀਂ ਕਰਿਆ। ਉਹ ਸਿਰਫ ਆਪਣਾ ਵਪਾਰ ਵਧਾ ਰਿਹਾ ਹੈ ਆਪਣੀ ਤਾਕਤ ਦੇ ਨਾਲ ਸਿਆਸੀ ਤਾਕਤ ਨੂੰ ਆਪਣਾ ਵਿਪਾਰ ਨੂੰ ਵਧਾਉਣ ਵਾਸਤੇ ਵਰਤ ਰਿਹਾ ਹੈ। ਜਾਂ ਪੈਸਾ ਇਕੱਠਾ ਕਰਨ ਵਾਸਤੇ ਵਰਤ ਰਹੀ ਹੈ ਆ ਦੋਸ਼ ਲੱਗਦੇ ਨੇ ਕਿ ਜਿਹੜੇ ਆ 1158 ਸਹਾਇਕ ਪ੍ਰਸ਼ਾਸਨ ਦਾ ਝਗੜਾ ਸੀ ਜਿਹੜੇ ਮੰਤਰੀ ਕਿਉਂਕਿ ਮੈਨੂੰ ਤਾਂ ਅਗਲੇ ਦੀ ਕੀ ਮਰੀ ਵੀ ਸਾਡਾ ਮਸਾ ਤੋਂ ਦੇ ਨਸ ਨੂੰ ਜੱਟਾ ਹੋਇਆ ਸਮਝ ਜਤਾ ਕਰਦੇ ਸੀ ਕੁੜੀ ਮਰ ਗਈ ਸੀ ਸੌਦਾ ਕਰ ਲਿਆ ਵੀ ਤੁਸੀਂ ਉੱਥੇ ਧਿਆਨ ਦੇ ਦਿਓ ਕਿ ਉਹਨੇ ਆਖਿਆ ਹੋਇਆ ਪਿਆਰ ਨਾਲ ਰੋਜ਼ ਬੋਲਦਾ ਇਹਨੂੰ ਥੋੜਾ ਮਤ ਦਬਕਾ ਨੂੰ ਇਹ ਪਤਾ ਨਹੀਂ ਵੀ ਤੂੰ ਦਹੀਂ ਦੇ ਭਰਾ ਦੇ ਕਪਾਣਾ ਕਾ ਜੀ ਤੂੰ ਦਬਕਾ ਕਿਉਂ ਮਾਰਨ ਦੀ ਕੋਸ਼ਿਸ਼ ਕਰ ਰਿਹਾ ਹੈ ਹੈ ਤੇ ਹੋਇਆ ਤਾਂ ਸੌਦਾ ਹੀ ਹੈ ਨਾ ਉਹੀ ਕੋਈ ਮੈਥ ਤੋਂ ਪੱਕੀ ਚੋਕ ਹੈ ਨਹੀ ਇਹ ਬਿਆਨ ਦੇਣ ਦਾ ਕੋ ਮਤਲਬ ਵੀ ਨਹੀਂ ਸੋ ਇਹ ਸੌਦੇ ਇਸ ਤਰ੍ਹਾਂ ਹੁੰਦੇ ਨੇ ਸੋ ਸਾਰੀ ਕਰਨੂ ਚਾਹ ਨਹੀਂ ਆਰ ਲੈਨੇ ਕਰ ਲਿਆ ਇੱਥੇ ਕੋਈ ਅੱਜ ਨੇ ਐਮਐਲਏ ਵਿਕਦੇ ਨੇ ਆਪਾਂ ਨੂੰ ਪਤਾ ਹੀ ਐ ਐਮਪੀ ਐਮਐਲਏ ਫਿਰ ਜਲਦਬਾਜ਼ ਕਿਉਂ ਬੰਦਦੇ ਨੇ ਤੁਸੀਂ ਮੈਨੂੰ ਆਏ ਦੱਸੋ ਉਹ ਵੀ ਪਾਰਟੀਆਂ ਦੇ ਚਾਹੇ ਕਾਂਗਰਸ ਦੇ ਨੇ ਚਾਹੇ ਬੀਜੇਪੀ ਦੇ ਨੇ ਉਹ ਜਾ ਕੇ ਬੰਦਪਨਾ ਕੇ ਕਿਉਂ ਰੱਖਦੇ ਨੇ ਆਪਣੇ ਮੈਦਨ ਬੰਦਕ ਤਾਂ ਹੀ ਬਣਾ ਕੇ ਰੱਖਦੇ ਨੇ ਉਹ ਬੁਕਾਉ ਨੇ ਠੀਕ ਹੈ ਨਾ ਜਰਗਮਾਲ ਕਹਿੰਦੇ ਆਪਾਂ ਇਹਨੂੰ ਜਰਗਮਾਲ ਕੀ ਹੁੰਦਾ ਵੀ ਇਹ ਬਕਾਊ ਹੈ ਕੋਈ ਵੀ ਚੱਕੇ ਲਾਣਾ ਜੀ ਇਹਨੂੰ ਇਹਨੂੰ ਜਰਗਮਾਲ ਕਹਿੰਦੇ ਨੇ ਉਹ ਜਰਗਮਾਲ ਦਾ ਹੁੰਦਾ ਨਹੀਂ ਉਹ ਇਸੇ ਕਰਕੇ ਉਹਨਾਂ ਨੂੰ ਬੰਦਕ ਬਣਾ ਕੇ ਰੱਖਦੇ ਨੇ ਵੀ ਯਾਰ ਇਹ ਪਤਾ ਨਹੀਂ ਕਦ ਵਕ ਜੀ ਇਹ ਰਹ ਜਾਂਦਾ ਸ਼ਾਮ ਨੂੰ ਇੱਕ ਕੋਲ ਵੇਖਦਾ ਦੂਜੇ ਦਿਨ ਦੂਜੇ ਮੋੜ ਤੇ ਬੰਦ ਪਾ ਦਿੰਦਾ ਫਿਰ ਉਹ ਦਿਨ ਨਾ ਦੇਖ ਜਾਂਦਾ ਇਟਾ ਹੁਣ ਆਪਾਂ ਰੋਜ਼ ਹੀ ਦੇਖਦੇ ਆਂ ਕੋਈ ਅੱਗ ਦੀ ਗੱਲ ਥੋੜਾ ਇਹ ਤਾਂ ਹੁਣ ਆਮ ਵਰਤਾਰਾ ਹੋ ਚੁੱਕਿਆ ਕਿਉਂਕਿ ਜਦ ਤਹਾਨੂੰ ਲੋਕਾਂ ਦਾ ਕੋਈ ਭਾਏ ਨਹੀਂ ਉਹ ਪੰਜਾਬੀ ਜੀਨ ਮੈਂ ਕਹਿੰਦੇ ਨੇ ਜਿਹਨੇ ਲਾਤੀ ਲੋਈ ਉਹਦਾ ਕੀ ਕਰੇ ਕੋਈ ਸੋ ਜਾਦੇ ਸਾਡੀ ਸਿਆਸਤ ਇਸ ਲੈਵਲ ਤੇ ਆ ਗਈ ਦੁਕਨ ਜਾਣਾ ਨਹੀਂ ਤੁਸੀਂ ਮੈਨੂੰ ਦੱਸੋ ਕਿਹੜੀ ਪਾਰਟੀ ਆ ਜਿਹੜੀ ਐਜੀਟੇਸ਼ਨ ਕਰੀਏ ਲੋਕਾਂ ਵਾਸਤੇ ਬੈਠ ਕੇ ਇੰਸਟਾਗ੍ਰਾਮ ਤੇ ਕਹੇਤਾ ਫੇਸਬੁੱਕ ਤੇ ਕਹੇਤਾ ਵਟਸਐਪ ਤੇ ਕਹੇਤਾ ਕੋਈ ਆਪਣੇ ਵੀਡੀਓ ਬਣਾ ਕੇ ਪਾਤਾ ਕੋਈ ਤੁਹਾਡੇ ਵਰਗੇ ਨੂੰ ਇੰਟਰਵਿਊ ਦੇ ਚੀ ਐਦੋ ਅਗੇ ਟੱਪਦੇ ਨੇ ਇੱਕ ਦੂਜੇ ਨੂੰ ਮੇਨੇ ਦੇ ਦੇ ਸੋ ਸਿਆਸਤ ਲਿਆ ਜਿਹੜੀ ਸ਼ੰਗਲੂਈ ਰਿਮੂਲੀਅਤ ਹੈ ਉਹਦੇ ਕੋਈ ਪਾਵਰੇ ਉਹ ਜਿਹੜੇ ਫੈਸਲੇ ਇਦਾਂ ਵਿੱਚ ਬਿਊਰੋਕ੍ਰੇਸੀ ਨੂੰ ਐ ਕਰੋ ਤੁਸੀਂ ਬਿਊਰੋਕ੍ਰੇਸੀ ਦੇ ਕਿੰਨੀ ਤਨਖਾਹ ਮਿਲਦੀ ਹੈ ਸਭ ਨੂੰ ਪਤਾ ਹੈ ਬਿਊਰੋਕ੍ਰੇਸੀ ਦੇਖ ਲੋ ਵੀ ਉਹਨਾਂ ਕੋਲੇ ਇਹ ਨਹੀਂ ਜਿਆਦਾ ਕਿੱਥੋਂ ਆਈ ਹੈ ਇਹ ਆਪਾਂ ਨੂੰ ਪਤਾ ਲੱਗ ਜੂਗਾ ਨਾ ਵੀ ਦੱਸੋ ਇਹ ਕਿ ਆਈ ਕਿੱਥੋਂ ਆਇਆ ਇਹ ਚੋਟਾਈ ਹੋਊਗੀ ਨਾ ਜਾਂ ਤਾਂ ਬਾਪਜਾਬ ਦੇਦੀ ਹੋਊਗੀ ਕਿ ਇਹ ਕੋਈ ਮੁਰਗੀ ਦਾ ਸੋਨੇ ਦਾ ਅੰਡਾ ਦੇਣ ਵਾਲੀ ਹੈ ਨਹੀਂ ਤਨਖਾਹ ਤੋਂ ਦੱਸੋ ਕਿਵੇਂ ਤੁਸੀਂ ਇਹ ਇੰਨਾ ਪੈਸਾ ਬਣਾਇਆ ਇਹ ਨਹੀਂ ਜਿਆਦਾ ਬੋਲਣਾ ਕਿ ਇਹ ਸਵਾਲ ਤਾਂ ਖੜਾ ਹੀ ਹੁੰਦਾ ਏਦਾਂ ਹੀ ਜਿਹੜੇ ਸਿਆਸਦਾਨ ਨੇ ਉਹਨਾਂ ਨੂੰ ਪੁੱਛ ਲਓ ਵੀ ਭਾਈ ਤੁਹਾਡੇ ਸਰੋਤ ਕਿਹੜੇ ਸੀ income ਦੇ ਆਮਦਨ ਦੇ ਸਰੋਤ ਕਿਹੜੇ ਸੀ ਤੁਸੀਂ ਕਿੰਨਾ ਟੈਕਸ ਦਿੱਤਾ ਉਹਦੇ ਚੋਂ ਕਿਉਂਕਿ ਟੈਕਸ ਜਿਹੜਾ ਵੱਡੀ ਜਿਹਦੇ ਕੋਲ ਜਾਇਦਾਦ ਹੈ ਉਹਦਾ ਸਿੱਧਾ ਹਿਸਾਬ ਹੈ ਉਹਦੇ ਟੈਕਸ ਰਿਟਰਨ ਕਰਾ ਦਿਓ ਵੀ ਤੁਸੀਂ ਕਿੰਨਾ ਟੈਕਸ ਅੰਦਾ ਰਹੇ ਉਸ ਤੋਂ ਪਤਾ ਲੱਗ ਜੂ ਕਿੰਨਾ ਪੈਸਾ ਦੋ ਨੰਬਰ ਦਾ ਹੈ ਕਿੰਨਾ ਇੱਕ ਨੰਬਰ ਦਾ ਹੈ ਪੋ ਪੋ ਦੋੜ ਨਹੀਂ ਪਰ ਚੋਰ ਤੇ ਕੁੱਤੀ ਕਹਿੰਦੇ ਲੱਗੇ ਫਿਰ ਕੀ ਕਰੋਗੇ ਚੋਰ ਤੇ ਚੌਕੀਦਾਰ ਲੱਗੇ ਕੀ ਕਰੋਗੇ ਜਦ ਸਰਕਾਰ ਚ ਫੜਨ ਵਾਲੇ ਵੀ ਉਹੀ ਨੇ ਫੜਾਉਣ ਵਾਲੇ ਵੀ ਉਹੀ ਨੇ ਸਜ਼ਾ ਦੇਣ ਵਾਲੇ ਵੀ ਉਹੀ ਨੇ ਫਿਰ ਤੁਸੀਂ ਕੀ ਕਰੋਗੇ ਇਹਦੀ ਮਾਲੂਮਾਤੀ ਕਹੋਗੇ ਇਸੇ ਕਰਕੇ ਬਾਬੇ ਨੇ ਕਿਹਾ ਕਾਜੀ ਹੋਏ ਬਹਿ ਕਰੇ ਨਿਆਏ ਫੇਲੇ ਤਸਵੀ ਕਰੇ ਖੁਦਾਏ ਕਹੇ ਖੁਦਾਏ ਕਰੇ ਖੁਦਾਏ ਵੱਡੀ ਲਾ ਕੇ ਹੱਕ ਗਵਾਏ ਜੇ ਪੁੱਛੇ ਤਪਾਲ ਸਮਾਂ ਫਿਰ ਕਾਨੂੰਨ ਇਹ ਜਿ ਬਣਾਤੇ ਜਿਹੜਾ ਅਦਾਨੀ ਦਾ ਕੰਮ ਚੱਲ ਰਿਹਾ ਕਾਨੂੰਨਾਂ ਚੋਂ ਉਧਰ ਜੀ ਬਾਬੇ ਨੇ ਕਿਹਾ ਕਾਲਤ ਕਲਵਾਦੀ ਸ਼ਰਨ ਵੇੜੀ ਕਾਜੀ ਕ੍ਰਿਸ਼ਨਾ ਹੋਆ ਕਹਿੰਦੇ ਆਪੀ ਕਾਨੂੰਨ ਬਣਾਤਾ ਪੁੱਠਾ ਸਿੱਧਾ ਆਪੀ ਉਹਦਾ ਫੈਸਲਾ ਕਰਤਾ ਤੇ ਇਸ ਕਰਕੇ ਜਿਹੜਾ ਕਾਜੀ ਜੀ ਨੇ ਫੈਸਲਾ ਕਰਿਆ ਉਹ ਕ੍ਰਿਸ਼ਨਾ ਹੋ ਗਿਆ ਯਾਨੀ ਕਿ ਕ੍ਰਿਸ਼ਨ ਪੱਖ ਕਹਿੰਦੇ ਨੇ ਨੇਰੇ ਪੱਖ ਨੂੰ ਉਹ ਕਾਲਾ ਹੋ ਗਿਆ ਇਨਸਾਫ ਕਾਲਾ ਹੋ ਗਿਆ ਬਾਬੇ ਨੇ ਕਿਹਾ ਕਿਉਂਕਿ ਕਾਨੂੰਨ ਪੁੱਠਾ ਬਣਾ ਕੇ ਪੁੱਠੇ ਪੈਸੇ ਦੇ ਕਰਤੇ ਇਹ ਕਹਿੰਦਾ ਜੀ ਮੈਂ ਸ਼ਰਹ ਚ ਫੈਸਲਾ ਕਰਿਆ ਕਹਿੰਦੇ ਨਾ ਸ਼ਰਹ ਤੇ ਮਦਦ ਲੋਕਾਂ ਉਹ ਇਹ ਜਿਹੜਾ ਅਦਾਨੀ ਵਾਲਾ ਮਾਮਲਾ ਹੈ ਉਹ ਇਹ ਹੈ ਇਹ ਲੈ ਕੇ ਇਸਨੇ ਅੱਛਾ ਉਹ ਠੀਕੇ ਵਿੱਚ ਨਹੀਂ ਉਰੇ ਕੀ ਉਹ ਮੇਲੇ ਵਿੱਚ ਉਹ ਸੋਲਣ ਪਨਾਹ ਲੱਗੀ ਦੀ ਜਿਹੜੀ ਵੱਡੀ ਸਮੱਸਿਆ ਆ ਗਈ ਹੁਣ ਉਹਨਾਂ ਨੇ ਉੱਥੇ ਅਮਰੀਕਾ ਦਾ ਸਿਸਟਮ ਹੋਰ ਹੈ ਸਾਡੇ ਹੋਰ ਹੈ ਸਾਡੇ ਜਿਵੇਂ ਮarli ਨੂੰ ਫੜਿਆ ਸੀ ਪਹਿਲਾ ਬੰਦੇ ਨੂੰ ਫੜ ਕੇ ਲੈ ਜਾਂਦੇ ਨੇ ਉਹਨੂੰ ਫੈਂਟਾ ਚਾਹ ਰਹੇ ਨੇ ਪੈਸੇ ਪੁੱਛ ਲੈ ਕੇ ਮੇਰੇ ਛੱਡ ਛੋੜੀ ਵੀ ਦਿੰਦੇ ਨੇ ਨਹੀਂ ਉਹਦੇ ਤੇ ਜਿਹੜਾ ਫਜਾਰਾ ਕੈਨਸਲੇਸ਼ਨ ਆਪ ਹੀ ਪਾਸ ਨੇ ਜਾਂ ਸੌਦਾ ਹੋ ਜਾਂਦਾ ਆ ਹੁਣ ਹੀ ਇੱਥੇ ਸਤਨਾਮ ਦੋਂ ਆਇਕ ਉਹਨੇ ਸ਼ਹੀਦ ਕਾਸ਼ੀਰਾਮ ਕਾਲਜ ਦੀ ਜ਼ਮੀਨ ਦਾ ਕਿਹਾ ਹੋਇਆ ਤੇ ਉਹ ਵਿਜੀਮਨਸ ਨੇ ਜਿਹਨੇ ਉਹਦੇ ਕਾਗਜ਼ਾਂ ਦੇ ਉੱਤੇ ਫੜਿਆ ਹੋਇਆ ਸੀ ਸਾਰਾ ਕੁਝ ਤੇ ਉਹ ਵਿਜੀਮਨ ਨੇ ਕੰਮ ਚਬਤੀ ਕੋ ਜੱਜ ਜ਼ਾਬ ਦੇ ਪੇਸ਼ ਹੋਇਆ ਆ ਕਿ ਇਹ ਨੂੰ ਕੈਨਸਲ ਨਾ ਕਰਿਓ ਸਾਰੇ ਮੇਰੇ ਕਾਗਜ਼ਾਂ ਦੇ ਉੱਤੇ ਸਾਰਾ ਕੁਝ ਆ ਮੈਂ ਕਾਗਜ਼ ਦੇ ਇੰਤਾਰ ਆ ਆ ਜਿਹੜਾ ਹੈਗਾ ਸਿਸਟਮ ਕਿ ਜਦ ਤੁਸੀਂ ਇੱਥੇ ਬਣਾਇਆ ਕੁਝ ਨਹੀਂ ਇੱਥੇ ਸੋਲਰ ਪ੍ਰੋਜੈਕਟ ਲਾਏ ਕੋਈ ਨਹੀਂ ਕਿ ਇਹ 2 ਨੰਬਰ ਦਾ ਕੰਮ ਹੋ ਗਿਆ ਇਹ 2 ਨੰਬਰ ਦਾ ਕੰਮ ਕੋਈ ਆਇਆ ਨਹੀਂ ਅਭੀ ਇਹ ਅੱਗੇ ਚੱਲਦੇ ਨੇ ਕਿਨੇ ਚੱਲਦੇ ਨੇ ਜੁਆਇੰਟ ਪਾਰਲੀਮੈਂਟਰੀ ਕਮੇਟੀ ਬਣੀ ਜੀ ਉਸ ਜੁਆਇੰਟ ਪਾਰਲੀਮੈਂਟਰੀ ਕਮੇਟੀ ਨੇ ਕਿਹਾ ਉਹਦੇ ਵਿੱਚ ਕੀ ਹੈ ਬੈਂਕਾਂ ਤੋਂ ਜਦ ਤੁਸੀਂ ਕਰਜ਼ਾ ਲੈਣਾ ਹੈ ਉਹ ਕਹਿੰਦੇ 20 ਜਾਂ 25% ਤੁਸੀਂ ਕੋੜੋਂ ਲਾਉਣਾ ਪੈਸਾ ਪੂੰਜੀ ਬਾਕੀ ਕਰਜ਼ਾ ਦੇਾਂਗੇ ਮੰਨ ਲਓ ਉਹਨਾਂ ਨੇ ਕਿਹਾ ਮੈਂ ਦਿੱਲੀ ਤੱਕ ਸੜਕ ਬਣਾਉਣੀ ਹੈ ਸੜਕ ਦਾ ਪਰ ਮੰਨ ਲਓ ਵੀ ਕਿ 10000 20000 50000 ਕਰੋੜ ਦੇਣਾ। ਉਹ ਪਹਿਲੇ 50000 ਦੀ ਵਜ੍ਹਾ 90000 ਕਰੋੜ ਕਹ ਦਿੰਦਾ। ਉਹ 90000 ਦੇ ਅਗੇਂਸਟ ਨੂੰ 70000 ਕਰੋੜ ਕਰਜ਼ਾ ਮਿਲ ਗਿਆ। ਖਰਚਾ ਹੋਣਾ 50000 ਕੋਟ ਨਾਲ 20000 ਹੋਰ ਆ ਗਿਆ। ਆਹ ਚੱਕਲਾ ਚੱਲਦਾ ਵਿੱਚੋਂ ਆ ਜਿੰਨੀ ਟੋਲ ਇਕੱਠੀ ਹੁੰਦੀ ਉਹ ਵੇਖਦਾ ਨਾ ਹਿਸਾਬ ਲਾ ਲੈਣਾ। ਅਸੀਂ ਸਟੱਡੀ ਕਰਈ ਆ ਟੋਲ ਦੀ। ਸਰੀ ਜਿਹੜਾ ਸਾਰਾ ਕੁਝ ਹੈ ਉਹ ਜਿਹੜੇ ਟੋਲ ਹੈ ਟੋਲ ਕੀ ਦੀ ਤੁਹਾਨੂੰ ਪਤਾ ਹੀ ਹੈ। ਟੋਲ ਪਲਾਦੇ ਐ ਮੈਂ ਨਹੀਂ ਕਹ ਰਿਹਾ ਸੀ ਕਿਸਾਨਾਂ ਨੇ। ਤੋਂ ਹਾਲ ਦਾ ਹਿਸਾਬ ਅੱਛਾ ਅਸੀਂ 6 ਫਗਵਾਲੇ ਲਾ ਕੇ ਸੀਗਾ ਟੌਪਪੜਾ ਦਾ ਉਹਦੀ ਸਟਡੀ ਕਰੀ ਨਵਾ ਚਾਰ ਤੋਂ ਅੱਗੇ ਤੇ ਦੂਜੇ ਪਾਸੇ ਅਸੀਂ ਆ ਜਿਹੜਾ ਦੂਜਾ ਨੇ ਤਾਂ ਪੱਕਾ ਹੀ ਲੱਗਿਆ ਹੋਇਆ ਫਲੋਰ ਸਭ ਤੋਂ ਮਹਿੰਗਾ ਹੈ ਉਹਦੀ ਕਰਾਈ ਉਹ ਜਿੰਨੇ ਵੇਕਰ ਨੱਕ ਰਹੇ ਨੇ ਬੱਚਾ ਨੇ ਗਿੰਦੇ ਦੋਨੇ ਪਾਸੇ ਉਹ ਤੋਂ ਚੌਥਾ ਜਿਹਾ ਦਾਸਰੇ ਨੇ ਨਿਕਦੇ ਨੇ ਗਿਣਤੀ ਦੇ باوجود ਉਹ ਕੰਨੇ ਸੁਣਨੀ ਪਤਾ ਤੋਂ ਨਹੀਂ ਕੀ ਐ ਸੋ ਇਸ ਕਰਕੇ ਇਹ ਜਿਹੜਾ ਬਿਜ਼ਨਸ ਦੇ ਵਿੱਚ ਹੁਣ ਸਾਦੇ ਤਾਂ ਹੈਗਾ ਵੀ ਪਹਿਲਾਂ ਰਜਿਸਟਰ ਕਰ ਦੋ ਕੇਸ ਕਿ ਮੁੜ ਕੇ ਉਹਦੇ ਫੈਂਟਾ ਚੜੋ ਉਹਨੀਆਂ ਜੋ ਮਰਜੀ ਕਾਪੀ ਕਰਾ ਕੇ ਚੱਕ ਲੈ ਜੋ ਟਾਈਗਰਸਸ ਪਾ ਦੋ ਜੋ ਕਰਨਾ ਕਰ ਦੋ ਜੇ ਸੌਦੇਬਾਜ਼ੀ ਹੋ ਗਈ ਉਹਨੂੰ ਛਾਦੋ ਜੇ ਪੋਲਿਟਿਕਲ ਹੋ ਗਈ ਤਾਂ ਵੀ ਛੱਡ ਦੋ ਹੁਣ ਜਿਹੜਾ ਵੀ ਬੀਜੇਪੀ ਦੀ ਮਸ਼ੀਨ ਚਲਾ ਜਾਂਦਾ ਉਹ ਤਾਂ ਖਾਫ ਹੋ ਜਾਂਦਾ ਨਾਦੀ ਨਾਲ ਹੀ ਉੱਚੇ ਤਾਂ ਉਹ ਨਿਰਮਾ ਪਾਊਡਰ ਨਿਰਮਾ ਹੈਗਾ ਜਿਹੜਾ ਉਹ ਬਹੁਤ ਕੁਝ ਪਿਆ ਹੋਇਆ ਉਹ ਸਫਾਈ ਬਹੁਤ ਕਰਦਾ ਛੇਤੀ ਤੋਂ ਪਾਰ ਜਿਹੜਾ ਨਹੀਂ ਉਹ ਕਾੜਾ ਕਹਿ ਦਿੰਦੇ ਨੂੰ ਗਲਤੀ ਨਹੀਂ ਹੋਈਆਂ ਜਿਹੜਾ ਵਿਰੋਧੀ ਉਹਨੂੰ ਕਾਲਾ ਕਹਿ ਦਿੰਦੇ ਨੇ ਪਰ ਅਮਰੀਕਾ ਦੇ ਆ ਸਿਸਟਮ ਹੋ ਗਾ ਉੱਥੇ ਪਹਿਲਾਂ ਸਾਰੀ ਤਫਤੀਸ਼ ਕਰਦੇ ਨੇ ਫਿਰ ਕੇਸ ਰਜਿਸਟਰ ਕਰਦੇ ਨੇ ਸਾਡੇ ਕੇਸ ਪਹਿਲਾਂ ਰਜਿਸਟਰ ਕਰਦੇ ਨੇ ਤੁਸੀਂ ਹੀ ਬਾਤ ਕਰਦੇ ਨੇ ਬੰਦੇ ਨੂੰ ਪਹਿਲਾਂ ਫੜ ਲੈਂਦੇ ਨੇ ਉੱਥੇ ਪਹਿਲਾਂ ਕੇਸ ਰਜਿਸਟਰ ਨਹੀਂ ਕਰਦੇ ਪਹਿਨੋਂ ਉਹ ਤਫਤੀਸ਼ ਕਰਦੇ ਨੇ ਤਫਤੀਸ਼ ਕਰਕੇ ਜਦ ਪੁਖਤਾ ਤੱਥ ਉਹਨਾਂ ਕੋਲ ਆ ਜਾਂਦੇ ਨੇ ਫਿਰ ਉਹ ਕੇਸ ਰਜਿਸਟਰ ਕਰਦੇ ਨੇ ਉਹਨਾਂ ਨੇ ਉਹ ਕੇਸ ਰਜਿਸਟਰ ਕਰ ਲਿਆ ਉਹ ਕੇਸ ਰਜਿਸਟਰ ਕਰਕੇ ਉਹਨਾਂ ਨੇ ਕਹਿਤਾ ਵੀ ਇਹਨੂੰ ਸਮਨ ਜਾਰੀ ਕਰਦੇ ਵੀ ਤੂੰ ਆ ਸਾਡੇ ਕੋਲ ਪੇਸ਼ ਹੋ ਹਾਂ ਹੁਣ ਜਦ ਇਹ ਜਾਰੀ ਕਰਤੇ ਜੇ ਨਹੀਂ ਪੇਸ਼ ਹੁੰਦੇ ਫਿਰ ਉਹ ਇਹਨੂੰ ਐਕਸਟਰੈਡੀਸ਼ਨ ਮੰਗਣਗੇ ਐਕਸਟਰੈਡੀਸ਼ਨ ਹੁੰਦਾ ਵੀ ਇਹਨੂੰ ਭਾਈ ਮੁਰਕ ਤੋਂ ਸਾਡੇ ਹਵਾਲੇ ਕਰੋ ਇਹ ਸਾਡਾ ਦੋਸ਼ੀ ਹੈ ਇਹ ਕੋਈ ਨਵੀਂ ਪ੍ਰੀਖਿਆ ਨਹੀਂ ਇਪਰਾਣੇ ਜਮਨਦਰ ਚੱਲੀ ਆਹੀ ਆ ਇੱਕ ਰਾਜਾ ਦੂਜੇ ਰਾਜੇ ਨੂੰ ਕਹਿੰਦਾ ਸੀ ਵੀ ਆਹ ਬੰਦਾ ਤੇਰੇ ਕੋਲ ਬੈਠਾ ਏ ਇਹ ਮੇਰਾ ਦੋਸ਼ੀ ਏ ਇਹ ਮੇਰੇ ਹਵਾ ਦੇ ਕਰ ਤੇ ਮੁੜਕੋ ਰਾਜਾਂ ਦੀ ਰਾਜੇ ਵੀ ਤਾਂ ਮੁੜਕਾਂ ਦੀ ਹੁੰਦੇ ਸੀ ਹੁਣ ਵੀ ਇਹੀ ਹੈ ਅੰਤਰਰਾਸ਼ਟਰੀ ਪੱਧਰ ਤੇ ਐ ਅਸੀਂ ਉਹ ਤੇ ਦਸਤਕਤ ਕਰੇ ਹੋਏ ਨੇ ਸਾਡੇ ਮੁੜਕ ਨੇ ਵੀ ਹਾਂ ਸੀ ਉਹ ਜਿਹੜੇ ਅੰਤਰਰਾਸ਼ਟਰੀ ਸਮਝੌਤੇ ਨੇ ਉਹਨਾਂ ਨੂੰ ਪਾਵਨਦਾ ਹੀ ਨਾ ਗੱਲਾਂ ਤੇ ਸੋਇਸ ਕਰਕੇ ਜੇ ਅਦਾਨੀ ਉੱਥੇ ਨਹੀਂ ਜਾਂਦੇ ਫੇਰ ਉਹ ਉਹ ਕਹਣਗੇ ਵੀ ਸਾਡੇ ਹਵਾ ਦੇ ਕਰੋ ਕਿ ਬਾਕੀ ਫਿਨੇਡਰ ਨੂੰ ਜੈਨ ਨੇ ਕਹਿਤਾ ਸੀ ਵੀ ਅਸੀਂ ਤਾਂ ਟੁੱਡੂ ਨੂੰ ਅਰੈਸਟ ਕਰ ਲਿਆ ਸੀ ਜੀ ਗ੍ਰਿਫਤਾਰ ਕਰ ਲਿਆ ਸੀ ਹਾਲਾਂਕਿ ਉਹਦਾ ਚੌਚਨ ਦਾ ਜਹਾਜ਼ ਖਰਾਬ ਹੋਇਆ ਸੀ ਇਹਨਾਂ ਨੇ ਤਾਂ ਵੀਡੀਓ ਪਾਣੀ ਸੀ ਉਹ ਕੱਪਟੇਨ ਨੂੰ ਗ੍ਰਿਫਤਾਰ ਕਰ ਲਿਆ ਸੀ ਅਜਾ ਟੈਂਡਨ ਰੱਖਿਆ ਹਾਲਾਂਕਿ ਉਹ ਤਾਂ ਅੰਤਰਰਾਸ਼ਟਰੀ ਮੀਟਿੰਗ ਤੇ ਆਇਆ ਹੋਇਆ ਸੀ ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਆ ਉਹ ਤੁਸੀਂ ਕਹਤੋਂ ਕਿਉਂਕਿ ਸਾਡਾ ਸਾਡੇ ਤਾਂ ਇਹ ਵੀ ਬੰਦ ਸੁਭ ਨਹੀਂ ਰਿਹਾ ਵੀ ਕਿਹੜੀ ਗੱਲ ਕਹਿਣੀ ਹੈ ਕਿਹੜੀ ਨਹੀਂ ਕਹਿਣੀ ਕਿਉਂਕਿ ਤਾਂ ਸਭ ਬਾਗਾ ਖੁਨੀਆਂ ਚਾਹਤੀਆਂ ਵੀ ਝੂਠਾ ਪ੍ਰਚਾਰ ਜਿੰਨਾ ਕਰਨਾ ਕਰੀ ਜਾ ਜਦੋਂ ਉਹਨੇ ਹਿਟਲਰ ਨੇ ਸ਼ੁਰੂ ਕਰਿਆ ਹੋਇਆ ਸੀ ਉਹ ਹੁਣ ਜਿਹੜਾ ਸਮੱਸਿਆ ਆ ਰਹੀ ਆ ਉਹ ਇਹ ਆ ਰਹੀ ਹੈ ਕਿ ਪਹਿਲਾਂ ਹਿੰਦਨ ਵਰਗ ਦੇ ਤੁਸੀਂ ਕਹੀ ਗਏ ਸਭ ਝੂਠ ਹੈ ਇਹ ਆਹਾ ਹੈ ਆਹਾ ਹੈ ਸਬੂਤ ਕੋਈ ਨਹੀਂ ਦਿੱਤਾ ਅਗਲੇ ਨੇ ਦੁਬਾਰਾ ਦੁਬਾਰਾ ਕਾਗਜ਼ ਦੇ ਦਿੱਤੇ ਤਾਂ ਨਹੀਂ ਤੁਸੀ ਮੰਨਿਆ ਤਾਂ ਤੁਸੀਂ ਜਿਹੜਾ ਅਗਲੇ ਨੇ ਆਖਿਆ ਵੀ ਚੰਗਾ ਤੁਸੀਂ ਤਾਂ ਨਹੀਂ ਮੰਨਦੇ ਠੀਕ ਹੋ ਗਿਆ ਇਹ ਸਾਹਮਣੇ ਆ ਗਿਆ ਉਹਨਾਂ ਦੀ ਬੈਂਕ ਦਾ ਪੈਸਾ ਹੁਣ ਤਾਂ अडानी ਵਾਲਾ ਕੰਮ ਹੀ ਉਹ ਤਾਂ ਹੁਣ ਹਿੰਦਨ ਵਰਗਾ ਵਾਲਾ ਤਾਂ ਕੰਮ ਹੋਰ ਸੀ ਇਹ ਕੰਮ ਉਹ ਤੋਂ ਵੱਡਾ ਹੈ ਉਕੇ ਹਿੰਗਣੇ ਵਰਗ ਦਾ ਡਾਟਾ ਰਿਪੋਰਟ ਸੀ ਕੋਈ ਏਸੀ ਵੀ ਅਦਾਨੀ ਨੇ ਸ਼ਹਿਦ ਕੰਪਨੀਆਂ ਬਣਾਈਆਂ ਨੇ ਕੋਲੋ ਅਮਰੀਕਾ ਦੇ ਪੈਸੇ ਨਾਲ ਜਾਂ ਦੂਜੇ ਦੇ ਪੈਸੇ ਨਾਲ ਬਣਾਈਆਂ ਇੱਥੇ ਕੀ ਆ ਗਿਆ ਕਿ ਅਮਰੀਕਾ ਦੀ ਨਿਕਲ ਬੈਂਕ ਦਾ ਪੈਸਾ ਲਿਆ ਹੋਇਆ ਹੁਣ ਇਹ ਜਿਹੜੀ ਅਮਰੀਕਨ ਬੈਂਕ ਹੈ ਉਹ ਉਹ ਦੇ ਕਾਨੂੰਨ ਥੱਲੇ ਇਥੇ ਕੇਸ ਬਣਾਇਆ ਹੋਇਆ ਉਸ ਕਾਨੂੰਨ ਥੱਲੇ ਨੂੰ ਜਾਣਾ ਪਏਗਾ ਜੇ ਨਹੀਂ ਜਾਏਗਾ ਤਾਂ ਉਸ ਨੂੰ ਕਹਿਣਗੇ ਵੀ ਸਾਨੂੰ ਹਵਾਲੇ ਕਰੋ ਇਹਦੇ ਨਾਲ ਮੈਨੂੰ ਇਹਦਾ ਸਟੋਰਨ ਦਾ ਵੱਡਾ ਡਰ ਹੋ ਰਿਹਾ ਹੈ। ਜਾਂ ਮੈਨੂੰ ਲੱਗਦਾ ਹੈ। ਵੀ ਅਦਾਨੀ ਇਹਦਾ ਮਿੱਤਰ ਹੈ। ਸੋ ਇਹ ਕੰਡਾ ਵਿੱਤੀ ਝਗੜਾ ਨਹੀਂ ਹੈ। ਇਹ ਕੰਡਾ ਦੋ ਮੁਲਕਾਂ ਦੇ ਵਿੱਚ ਅਮਨ ਕਾਨੂੰਨ ਦਾ ਝਗੜਾ ਨਹੀਂ ਹੈ। ਇਹ ਕੰਡਾ ਵਿੱਤੀ ਕਪਲੇ ਦਾ ਝਗੜਾ ਨਹੀਂ ਹੈ। ਇਹ ਵੱਡਾ ਸਿਆਸੀ ਝਗੜਾ ਹੈ। ਇਹ ਵੱਡਾ ਕਮਸਾਨ ਪੈਣਾ ਹੈ। ਇਹ ਕੀ ਕਹੀ ਜਾਂਦ ਨੇ ਆਏ ਨੇ ਫੁਲਾਣੇ ਨੇ ਆਏ ਕਰਤਾ ਫੁਲਾਣੇ ਨੇ ਆਏ ਕਰਤਾ ਹੁਣ ਕੌਣ ਦੱਸੂ ਅਡਾਨੀ ਦੀ ਮਦਦ ਕੀਨੇ ਕਰੀਆ ਅਡਾਨੀ ਨੇ ਕੀਦੇ ਸ਼ਹਿਤ ਇਹ ਕਰਿਆ ਇਹ ਜਵਾਬ ਤਾਂ ਦੇ ਨਹੀਂ ਪੂਗਾ ਇਹ ਜਵਾਬ ਨਹੀਂ ਦਿੰਦੇ ਤਾਂ ਵੀ ਪੁੱਛਤਾ ਪਊਗਾ ਤਾਂ ਇਸ ਕਰਕੇ ਆਮਕਿ ਇਹ ਵੱਡਾ ਮਾਮਲਾ ਹੈ ਸੁਖਵਿੰਦਰ ਇਹ ਮਾਮਲਾ ਦੇਸ਼ ਦੇ ਵਿੱਚ ਸਿਆਸੀ ਹਲਚਲ ਵੀ ਲਿਆ ਸਕਦਾ ਹੈ ਵੱਡਾ ਪਚਾਲ ਲਿਆ ਸਕਦਾ ਹੈ ਦੇਸ਼ ਦੇ ਵਿੱਚ ਕਿਉਂਕਿ ਇਹ ਵਿਕਟ ਦੇ ਨਾਲ ਨਾਲ ਇਹ ਸਿਆਸੀ ਮਾਮਲਾ ਹੈ ਇਹਦੇ ਵਿੱਚ ਕਈ ਸਿਆਸਦਾਨਾਂ ਦੇ ਨਾਮ ਵੀ ਆ ਰਹੇ ਨੇ ਸੱਚੇ ਜਾਂ ਝੂਠੇ ਉਹ ਤਾਂ ਆਪਾਂ ਕੁਝ ਨਹੀਂ ਕਹਿ ਸਕਦੇ ਉਹ ਤਾਂ ਜਦ ਸਾਹਮਣੇ ਆਏ ਪੂਰੀ ਗੱਲ ਆਏਗੀ ਕਿਉਂਕਿ ਦੋਸ਼ ਤਾਂ ਕੋਈ ਵੀ ਕਿਸੇ ਨੂੰ ਦੇ ਦਿੰਦਾ ਹੈ ਉਹ ਤਾਂ ਜਿਹੜੀ ਕਹਿੰਦੇ ਵੀ ਤਖਤੀਸ਼ ਜ ਅਮਰੀਕਾ ਦਾ ਤਾਂ ਪੇਸ਼ ਕਰੇਗਾ ਕਿ ਜਾਂ ਅਦਾਨੀ ਪੇਸ਼ ਕਰੇਗਾ ਵੀ ਮੈਂ ਤਾਂ ਇਹਨੂੰ ਇੰਨੇ ਦਿੱਤੇ ਨੇ ਉਹ ਤਾਂ ਅੱਜ ਆਪਾਂ ਭਾਵੇਂ ਇਹ ਵੀ ਸਮਝੋ ਪਰ ਨਾ ਤਾਂ ਆ ਰਹੇ ਨੇ ਹੁਣ ਨਾ ਤਾਂ ਕੁਕ ਨਹੀਂ ਨਾ ਸਕਦੇ ਉਹ ਤਾਂ ਉਹਨਾਂ ਦਾ ਕੰਮ ਹੈ ਹੁਣ ਆਪੇ ਦੱਸਣਗੇ ਦੂਜਾ ਵੱਡਾ ਸਵਾਲ ਇਹ ਆਉਂਦਾ ਵੀ ਇਹ ਦਾਨੀ ਨੇ ਕਰਿਆ ਕੀ ਦੀ ਸ਼ਹਿਤ ਦੀ ਸ਼ਹਿਤ ਸਿਆਸੀ ਸ਼ਹਿਤ ਉਹ ਬਗਰੇ ਕਹਿੰਦੇ ਹੋ ਨਹੀਂ ਸਕਦਾ ਇਹ ਦੂਜਾ ਆਏਗਾ ਕਿਉਂਕਿ ਜੇ ਦਾਨੀ ਦੀ ਹਿੰਦਨ ਵਰਗ ਦੀ ਰਿਪੋਰਟ ਤੇ ਗੱਲ ਹੋ ਰਹੀ ਹੈ ਇਹ ਸਾਡੇ ਸਿਆਸਦਾਨ ਨੂੰ ਬੋਲਣ ਦੀ ਕੀ ਲੋੜ ਹੈ ਸਾਡੇ ਤਾਂ ਸਿਆਸਦਾਨ ਬੋਲਣੇ ਉਹਦੇ ਉੱਤੇ ਹੁਣ ਵੀ ਇਹੀ ਹੋਊਗਾ ਸੋ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਵੀ ਇਹ ਵੱਡਾ ਤੀਜੀ ਗੱਲ ਕੀ ਹੋਣੀ ਹੈ ਸਾਡੇ ਅੰਤਰਰਾਸ਼ਟਰੀ ਸਬੰਧਾਂ ਦੇ ਉੱਤੇ ਝਗੜਾ ਪੈਗਾ ਇੱਛੇ ਤਾਂ ਸਾਡਾ ਸੀਗਾ ਵੀ ਸਾਡਾ ਹੁਕਮਰਾਨ ਤੇ ਅਮਰੀਕਾ ਦਾ ਨਵਾਂ ਹੁਕਮਰਾਨ ਦੋਨੇ ਬੜੇ ਬਗਲਗੀਰ ਸੀਗੇ ਇੱਕ ਦੂਜੇ ਦੇ ਬੜੇ ਪੱਕੇ ਮਿੱਤਰ ਨੇ ਹੈ ਇੱਕ ਦੂਜੇ ਦੇ ਉਮੀਦ ਕਰਦੇ ਸੀ ਕਿ ਸਾਡੇ ਹੁਕਮਰਾਨ ਨੇ ਤਾਂ ਪਿਛਲੀ ਵਾਰੀ ਜਦ ਇਹ ਹਾਲੇ ਸੀਗੇ ਤੇ ਉਦੋਂ ਵੀ ਜਾ ਕੇ ਕਿਹਾ ਸੀ ਵੀ ਆਗੀ ਬਾਗ ਸਭ ਜਵਾਬ ਦੇਣਗੇ ਹੁਣ ਕੀ ਜਵਾਬ ਦੇਣਗੇ ਸੋ ਸਾਡੇ ਪ੍ਰਦੇਸ਼ੀ ਸਵੰਦਾ ਤੇ ਵੀ ਇਹਦੇ ਨਾਲ ਅਸਰ ਪਏਗਾ ਸਾਡਾ ਸਾਖ ਦੇ ਉੱਤੇ ਅਸਰ ਪੈਗਾ ਦੁਨੀਆ 'ਚ ਸਾਡੀ ਸਾਖ ਤੇ ਅਸਰ ਪੈਣ ਦਾ ਮਤਲਬ ਇਹ ਹੈ ਵੀ ਸਾਡੇ ਰੁਪਏ ਦੀ ਕੀਮਤ ਘਟਣੀ ਪਾਰਤਖੋਰਤੀ ਸਾਡੇ ਵਪਾਰ ਤੇ ਵੀ ਅਸਰ ਪੈਗਾ ਕਿਉਂਕਿ ਇੱਕ ਤਾਂ ਸਾਨੂੰ ਸਮਾਨ ਰੁਪਏ ਦੀ ਕੀਮਤ ਕਰਦੀ ਹੈ ਸਮਾਨ ਜ਼ਿਆਦਾ ਦੇ ਨਾ ਪੂੜ ਨਹੀਂ ਪੈਸਿਆਂ ਵਾਸਤੇ ਦੂਜਾ ਸਾਡੇ ਸਮਾਨ ਤੇ ਉਹ ਤਨਖਾਹਾਂ ਕੱਢਣਗੇ ਕਹਿੰਗੇ ਇਹਨਾਂ ਨੂੰ ਤਾਂ ਹੁਣ ਲੋੜ ਹੈ ਕਿਉਂਕਿ ਜਦ ਲੋੜ ਬੰਦਾ ਬਾਜ਼ਾਰ 'ਚ ਵੇਚਣ ਜਾਂਦਾ ਹੈ ਉਹਦਾ ਸਮਾਨ ਉਸ ਭਾਤੋੜੇ ਦੇ ਦਿੱਖਦਾ ਜਿਹੜਾ ਭਾਅ ਹੁੰਦਾ ਤੋ ਇਹਦੇ ਨਾਲ ਅੱਜ ਭਾਰਤ ਦੇ ਵਿੱਚ ਇੱਕ ਵੱਡਾ ਹੰਗਾਮਾ ਹੋਣ ਦੀ ਹੱਥਿਆ ਜੀ ਦਰਸ਼ਕ ਇਥੇ ਆਖਰੀ ਸਵਾਲ ਆਫਟਰ ਕਰਦੇ ਵੀ ਕਿ ਵਿਦੇਸ਼ੀ ਨੀਤੀ ਦੇ ਤੌਰ ਤੇ ਹਾਂਜੀ ਮੈਂ ਇੱਥੇ ਨਾ ਦੂਸਰਾ ਤੇ ਆਖਰੀ ਸਵਾਲ ਰੱਖਿਆ ਕਿਉਂਕਿ ਅਡਾਨੀ ਗਰੁੱਪ ਵੱਲੋਂ ਵੀ ਜੁਵਾਇਆ ਕਿ ਉਹ ਕਹਿੰਦੇ ਕਿ ਜਿਹੜੇ ਅਲੀਗੇਸ਼ਨ ਨੇ ਉਹ ਬੇਸਲੈਸ ਨੇ ਕੋਈ ਆਧਾਰ ਨਹੀਂ ਉਹਨਾਂ ਦਾ ਉਹ ਇਥੋਂ ਮਤਲਬ ਕਿਨਾਰਾ ਕਰਨ ਹੁੰਦਾ ਜਦੋਂ ਕਿਸੇ ਤੇ ਅਲੀਗੇਸ਼ਨ ਲੱਗਦੇ ਨੇ ਪਹਿਲਾਂ ਵੀ ਇੰਡੀਅਨ ਬਗ ਦੀ ਰਿਪੋਰਟ ਦੇ ਲਈ ਵੀ ਇਹ ਸਾਰਾ ਕੁਝ ਹੁੰਦਾ ਰਿਹਾ ਕਿ ਇਹਦਾ ਕਿਤੇ ਉਹ ਪੱਕਾ ਤਾਂ ਨਹੀਂ ਕਿ ਹਲੇ ਜੋ ਬਾਇਡਨ ਸੱਤਾ ਦੇ ਵਿੱਚ ਨੇ ਹਲੇ ਉਹ ਜਿਹੜੀ ਸੱਤਾ ਸ਼ੇਅਰ ਕਰਨੀ ਸੀ ਕਿ ਉਹਨਾਂ ਨੂੰ ਮਤਲਬ ਕਿ ਦੇਣੀ ਆ ਟਰੰਪ ਸਾਹਿਬ ਨੂੰ ਉਹਨਾਂ ਨੇ ਉਹਦੇ ਉੱਤੇ ਬਿਰਾਜਮਾਨ ਹੋਣਾ ਉਹ ਸਾਰਾ ਕੁਝ ਹਲੇ ਦੂਰ ਹੈ ਉਸ ਤੋਂ ਪਹਿਲਾਂ ਜਿਵੇਂ ਪਿੱਛੇ ਚਿੱਠੀਆਂ ਆਈਆਂ ਕਿ ਜੀ ਫੌਜ ਨੂੰ ਅਲਰਟ ਕਰ ਦਿੱਤਾ ਗਿਆ ਕੋਈ ਉਹਦੇ ਤੱਕ ਤੇ ਪਲਟ ਵਾਲੀ ਗੱਲ ਨਾ ਹੋਵੇ ਕੋ ਬਹੁਤ ਵੱਡੀ ਘਟਨਾ ਨਾ ਵਾਪਰੀ ਜਿਹੜਾ ਉੱਥੋਂ ਦਾ ਜਿਹੜਾ ਆਪਣਾ ਭਾਰਤ ਦੇ ਨਾਲ ਜਿਵੇਂ ਰਿਪੋਰਟਾਂ ਵਿੱਚ ਅਮਿਤ ਛਾਹ ਉਹਦਾ ਨਾਮ ਆਇਆ ਟਾਰਗੇਟ ਕਿਲਿੰਗ ਨੂੰ ਲੈ ਕੇ ਉਹ ਕੁਝ ਸਾਹਮਣੇ ਰਹਿ ਕਿ ਉਹ ਪ੍ਰੋਪਗੈਂਡਾ ਦਿੱਤਾ ਨਹੀਂ ਹੋ ਰਿਹਾ ਜਿਵੇਂ ਇੱਥੇ ਕਿਹਾ ਜਾ ਸਕਦਾ ਨਾ ਬੀਜੇਪੀ ਆਪਣੇ ਵੱਲੋਂ ਬਚਾਅ ਕਰ ਰਹੀ ਹੈ ਰਾਹੁਲ ਗਾਂਧੀ ਕਹਿੰਦੇ ਆਰੈਸਟ ਹੋਣੇ ਤੇ ਇਦਾਂ ਮਤਲਬ ਕਿਤੇ ਕੋਈ ਪ੍ਰੋਪਗੈਂਡਾ ਤਾਂ ਨਹੀਂ ਬਹੁਤ ਵੱਡੇ ਪੱਧਰ ਤੇ ਉੱਤੇ ਹੋਵੇ ਜਿਹਦਾ ਨੁਕਸਾਨ ਜਿਹੜਾ ਉਹ ਭਾਰਤ ਨੂੰ ਜਾਂ ਆਮ ਲੋਕਾਂ ਨੂੰ ਚੱਲਣਾ ਪਏ ਉਹ ਗੱਲ ਇਹ ਹੈ ਤੇ প্রত্যেকੰਡਾ ਤੁਸੀਂ ਰੱਦ ਨਹੀਂ ਕਰ ਸਕਦੇ ਹੁੰਦੇ ਸਾਰੇ ਮੁੜ ਕੇ ਇੱਕ ਦੂਜੇ ਦੇ ਖਿਲਾਫ ਅਸੀਂ ਵੀ ਤਾਂ ਪ੍ਰਪੰਡਾ ਰੋਜੀ ਕਰੀ ਤਾਂ ਅਸੀਂ ਤਿਆ ਸੀ ਕੁਸਤੇ ਮਾਰਾਂਗੇ ਕਿੱਚਾ ਸੀ ਘੱਟ ਮਾਰੇ ਨਹੀਂ ਜਿਹੜੇ ਵੀਡੀਓ ਆਉਂਦੇ ਰਹੇ ਉਹਦੇ 'ਚ ਅਸੀਂ ਕੋਈ ਰੈਐਕਟ ਨਹੀਂ ਕਰਿਆ ਵੀ ਅਸੀਂ ਜੇ ਅਸੀਂ ਕਹਿੰਦਾ ਟੂ ਟੂ ਅਸੀਂ 3 ਦਿਨ ਅਵੇਸਟ ਰੱਖਿਆ ਬੰਦੇ ਨੇ ਕਿ ਹੈ ਨਾ ਉਂਝ फटाफट ਬੰਦੇ ਨੂੰ ਫੜ ਲੈਂਦੇ ਨੇ ਉਹਨਾਂ ਨੂੰ ਜਿਨ੍ਹਾਂ ਨੇ ਇਹ ਵੀਡੀਓ ਪਾਈ ਵੀ ਤੁਹਾਡੇ ਇੱਕ ਗੈਸਟ ਆਇਆ ਹੈ ਤੁਹਾਡੇ ਤੇ ਦੋਸ਼ੇ ਲਾ ਰਿਹਾ ਹੈ ਸਰਕਾਰ ਤੇ ਉਹ ਦੂਜੇ ਬੰਦੇ ਤੁਹਾਡੇ ਹੀ ਬੰਦੇ ਇਹ ਲਈ ਇਹ ਤਾਂ ਉਹਨੂੰ ਗ੍ਰਿਫਤਾਰ ਕਰਕੇ ਰੱਖਿਆ ਇਹ ਇਹ ਤੁਸੀਂ ਆਪ ਦੇ ਗੈਸਟਰ ਨੂੰ ਕੋਈ ਕਹੇ ਤੁਸੀਂ ਇਹਨੂੰ ਗ੍ਰਿਫਤਾਰ ਕਰਿਆ ਹੈ ਕਿ ਤੁਸੀਂ ਉਹਨੂੰ ਰੈਸਟਰਾਉਂਟ ਚ ਰੱਖਿਆ ਹੋਊ ਉਹਦੀ ਮਜਬੂਰੀ ਕਰਕੇ ਇਹ ਤਾਂ ਬਹੁਤ ਵੱਡੀ ਸਾਡੇ ਦੇਸ਼ ਦੀ ਖਨਾਮੀ ਸੀ ਤੇ ਪਰ ਉਹਨੂੰ ਰੋਕਿਆ ਕਿਸੇ ਨੇ ਉਹਨੂੰ ਹਟਾਇਆ ਕਿਸੇ ਨੇ ਸੋ ਇਹ ਜਿਹੜਾ ਸਾਡਾ ਜਿਹੜਾ ਹੈਗਾ ਕਿ ਜੋੇ ਵਧਨ ਦੀ ਸਰਕਾਰ ਹੈ ਉਹ ਸਰਕਾਰ ਅਮਰੀਕਾ 'ਚ ਇਹੀ ਦਾ ਪ੍ਰਬੰਧ ਨਹੀਂ ਹੈ ਇਹਦੇ ਨਾਲੇ ਜਾਂਦੀਆਂ ਦੀ ਸਰਕਾਰ ਇਹ じゃ ਕੋਈ ਬੀਟਰੰਪ ਨੂੰ ਪਾਸੇ ਕਰਨ ਵਾਸਤੇ ਜਾਂ ਟਰੰਪ ਨੂੰ ਕੰਡੇ ਵੀਜਣ ਵਾਸਤੇ ਇੱਕ ਸੁਖਿੰਦਰ ਮੈਂ ਦੱਸਦਾ ਸਾਡੇ ਮੁਰਤੇ ਤੇ ਦੂਜੇ ਮੁਰਤੇ ਤੇ ਫਰਕ ਆ ਗਿਆ ਤੁਹਾਨੂੰ ਪਤਾ ਹੋਊ ਉੱਥੇ ਟਰੰਪ ਨੂੰ ਕਹਿੰਦਾ ਸੀ ਵੀ ਜੇ ਤੈਨੂੰ ਬੋਲਣਾ ਨਹੀਂ ਉਹਦਾ ਕੋਈ ਸਵਾਲ ਨਹੀਂ ਤੇ ਮੂੰਹ ਬੰਦ ਕਰ ਰੱਖਿਆ ਕਰ ਸਾਡੇ ਕੋਈ ਕਹਿ ਸਕਦਾ ਇੱਕ ਕਾਲੇ ਬੰਦੇ ਨੂੰ ਮਾਰਤਾ ਸੀ ਕੰਡੀ ਨੱਪ ਕੇ ਕਿੱਡਾ ਵੱਡਾ ਵਾਅਦਾ ਲਖਦਾ ਹੋ ਗਿਆ ਸੀ ਸਾਡੇ ਤਾਂ ਇੱਥੇ ਉਹ ਮਨੀਪੁਰ ਦੇ ਵਿੱਚ ਔਰਤਾਂ ਦਾ ਜੋ ਹਾਲ ਕਰਿਆ ਕੋਈ ਬੁੱਢਾ ਉਹਦੇ 'ਚ ਕਿਸੇ ਦੀ ਅੱਖ 'ਚੋਂ ਅੰਸੂ ਟਪਕੇ ਕਿਸੇ ਦੇ ਮਨ 'ਤੇ ਅਫਸੋਸ ਹੋਇਆ ਵੀ ਯਾਰ ਬਹੁਤ ਮਾਰੀ ਹੋ ਗਈ ਸੋ ਸਾਦਾ ਤੇ ਉਹਨਾਂ ਦਾ ਬੜਾ ਫਰਕ ਹੈ ਹੁਣ ਅਡਾਨੀ ਅਡਾਨੀ ਦਾ ਤਾਂ ਬੜਾ ਹੱਕ ਹੈ ਜੇ ਕੋਈ ਚਾਹੇ ਕੋਈ ਕਾਤਲ ਵੀ ਹੋਵੇ ਚਾਹੇ ਕੋਈ ਚੋਰ ਹੋਵੇ ਚਾਹੇ ਠੱਗ ਹੋਵੇ ਚਾਹੇ ਨਾ ਹੋਵੇ ਕਿਹੜੇ ਬੰਦੇ ਉੱਤੇ ਕੋਈ ਦੋਸ਼ ਲੱਗਦਾ ਹੈ ਕੋਈ ਵੀ ਲਾਵੇ ਉਹ ਅਮਰੀਕਾ ਲਾਵੇ ਇੰਗਲੈਂਡ ਲਾਵੇ ਸਾਡਾ ਦੇਸ਼ ਲਾਵੇ ਉਹਦਾ ਹੱਕ ਹੈ ਉਹਨੂੰ ਡਿਫੈਂਡ ਕਰਨ ਦਾ ਉਹ ਕਰੇਗਾ ਡਿਫੈਂਡ ਉਹ ਆਪਦਾ ਬਚਾਉ ਵੀ ਕਰੇਗਾ ਜਿਹੜਾ ਕਤਲ ਕਰਦਾ ਹੈ ਉਹਨੂੰ ਵੀ ਤਾਂ ਅਧਿਕਾਰ ਹੈ ਨਾ ਵੀ ਉਹ ਆਪਦੇ ਆਪ ਨੂੰ ਬਚਾ ਕੇ ਕਹੇ ਜੀ ਮੈਂ ਕਤਲ ਨਹੀਂ ਕਰਿਆ ਜਾਂ ਅਚਾਨਕ ਹੋ ਗਿਆ ਕੁਝ ਤਾਂ ਕਰ ਲੈਣਾ ਉਹ ਪਰ ਕਿੰਨੇ ਬਰੀ ਵੀ ਹੁੰਦੇ ਨੇ ਅਦਾਨੀ ਨੂੰ ਆਪਦਾ ਇਹ ਸਭ ਕੁਝ ਕਰਨ ਦਾ ਹੱਕ ਹੈ ਹੁਣ ਦੂਜਾ ਪਾਸੇ ਜਿਹੜਾ ਸਿਆਸਤਦਾਰ ਹੈ ਜਦ ਅਸੀਂ ਉਹਦੀ ਸਿੱਧੀ ਹੈ ਮਦਦ ਕਰਦਿਆਂ ਦੰਨੀ ਦੀ। ਤਾਂ ਇਹ ਤਾਂ ਮਤਲਬ ਲੱਗਦਾ ਹੈ ਵੀ ਸਾਡੀ ਸਰਕਾਰ ਨਾ ਸਕਦੀ ਹੁੰਦੀ ਹੈ। ਇੱਥੇ ਮੈਨੂੰ ਇੱਕ ਅੱਜ ਅਸੀਂ ਸਵੇਰੇ ਜਾ ਰਹੇ ਸੀ ਕਿਸੇ ਇਸ਼ੂ ਦੇ ਉੱਤੇ ਉਹ ਹੁੰਦਾ ਇੱਕ ਥਿਨ ਲਾਈਨ ਹੁੰਦੀ ਹੈ। ਉਹ ਲਾਈਨ ਟੱਪੀ ਦੀ। ਉਹ ਲਾਈਨ ਤੁਸੀਂ ਟੱਪ ਗਏ। ਤੇ ਫਿਰ ਗੰਬਲ ਹੋ ਗਿਆ। ਤੇ ਉਹ ਥਿਨ ਲਾਈਨ ਕੀ ਹੈ? ਕੋਈ ਬੰਦਾ ਮੈਨੂੰ ਕਹਿੰਦਾ ਹੈ ਕਿ ਵੀ ਤੁਸੀਂ ਆਹ ਹਸਪਤਾਲ ਚ ਲੋਕਾਂ ਨੂੰ ਦਵਾਈ ਵੰਡ ਦੋ ਆ ਗਰੀਬਾਂ ਨੂੰ ਮੈਂ ਪੈਸੇ ਦਵਾਈਆਂ ਦੇ ਕੇ ਜਾ ਰਿਹਾ ਫਿਰ ਇੱਕ ਇਹ ਆ ਜੀ ਕਿ ਜੀ ਦਵਾਈਆਂ ਉਹ ਫਲਾਣੀ ਥਾਂ ਤੇ ਫਲਾਣੇ ਅਮੀਰਾਂ ਨੂੰ ਦੇ ਦਿੰਦੀਆਂ ਨੇ ਇਹ ਦੋਹਾਂ ਚ ਢਾਈਂ ਦਾ ਫਰਕ ਇੱਕ ਗਰੀਬਾਂ ਨੂੰ ਦੇਣੀਆਂ ਨੇ ਇੱਕ ਅਮੀਰਾਂ ਨੂੰ ਦੇਣੀਆਂ ਜੇ ਅਮੀਰਾਂ ਵਾਸਤੇ ਤੁਸੀਂ ਉਹੀ ਸਹਾਇਤਾ ਮਨਜ਼ੂਰ ਕਰ ਲਈ ਤੇ ਫਿਰ ਉਹ ਢਾਈਂ ਟੱਪ ਗਈ ਤੁਸੀਂ ਕਿ ਹੱਕਦਾਰ ਨੂੰ ਦੇਣਾ ਨਾ ਕੀਤੀ ਨੂੰ ਦਈਦਾ ਰਗੀ ਨੂਨ ਹੁੰਦੀ ਦਾ ਥਿਸ ਇਜ਼ ਜਿਆਵਾ ਇਕੱਠਾ ਕਰਨ ਲੱਗੇ ਜਿਸੇ ਲਾਈਨ ਟੱਪ ਗਈ ਅਗਲੀ ਗੱਲ ਕੇ ਤੁਸੀਂ ਅਫਦੇ ਵਾਸਤੇ ਇਕੱਠਾ ਕਰਨ ਲੱਗੇ ਕਿਆ ਉੱਥੇ ਵੀ ਹੋ ਜਿਸੇ ਵੀ ਲਾਈਨ ਟੱਪ ਗਈ ਸੋ ਲਾਈਨ ਹੈ ਇਹ ਲਾਈਨ ਇਹ ਸੀ ਕਿ ਡਾਨੀ ਚ ਇੱਕ ਕੇਸ ਬਣੇ ਉਹਨੇ ਕਰਜਾ ਲਿਆ ਭਾਰਤ ਸਰਕਾਰ ਨੇ ਚਾਹਦੀ ਕੋਈ ਜਾਮਲੀ ਨਾ ਨੰਦ ਜਿੱਹੀ ਜਦੋਂ ਜਾਮਲੀ ਜਿੱਤੀ ਹੋਵੇ ਭਾਰਤ ਸਰਕਾਰ ਕਹੇ ਅਸੀਂ ਜਾਮਲੀ ਦਿੱਤੀ ਸੀ ਅਸੀਂ ਇਹਦੇ ਜ਼ਿੰਮੇਵਾਰ ਹਾਂ ਫਿਰ ਇਹ ਕਹੇ जे अडानी ने करजा लिया कि मैं भारत सरकार की कंपनी पैसे लाऊंगा तो वह काम है इत भी बंदे इदा करते हैं लोग तो आर बी आई के नोट झूठे बुलाई जाते हैं कि भारत सरकार लेंगे भी नहीं नहीं तो साढ़ा ही नोट है जे झूठे कोई डालर छाप ले अमरीकन डालर जो फिर सरकार कहूगी भी नहीं नहीं, नहीं। साष छपे इस करके साथ जिम्मेवारी है आप समझ कोशिश करिए अडानी ने अमरीका तो करजा लिया सत्र नहीं लिया असी कोई जमनी नहीं दिती ਉਹਨੇ ਕਿਹਾ ਵੀ ਮੈਂ ਉੱਥੇ ਸੋਲਰ ਪਲਾਂਟ ਲਾਉਂਗਾ ਉਹਨੇ ਕੱਲੇ ਸਰਕਾਰੀ ਚ ਪਰ ਉਹ ਕਰਤਾਂ ਸ ਹੈ ਕਿ ਵੀ ਬਹੁਤਾ ਸੋਲਰ ਕੰਮ ਹੈ ਜਿਹੜਾ ਸਰਕਾਰ ਕੋਲ ਹੈ ਪਰ ਪ੍ਰਾਈਵੇਟ ਵੀ ਚੱਕ ਲਈ ਨੇ ਜਿਸ ਕਰਕੇ ਸਰਕਾਰ ਦਾ ਡਿਫੈਂਡ ਕਰਨਾ ਗਲਤ ਹੈ ਪਹਿਲਾਂ ਅਦਾਨੀ ਦਾ ਇਹ ਹਾਂ ਸਰਕਾਰੀ ਕਿ ਕਹਿ ਸਕਦੀ ਹੈ ਵੀ ਸਾਦਾ ਬਹੁਤ ਵੱਡਾ ਬਿਜ਼ਨਸ ਟਾਈਕੂਨ ਹੈ ਵੱਡਾ ਬਿਜ਼ਨਸਮੈਨ ਹੈ ਸਾਦਾ ਅਸਪਿਛਾਤਾ ਬਹੁਤ ਚੱਲ ਰਹੀ ਹੈ ਨਾਲ ਤੁਝੇ ਤਾਂ ਸੋਚ ਸਮਝ ਕੇ ਦੋਸ਼ ਲਾਈ ਇਹ ਇੰਨਾ ਸਾਦਾ ਹੱਕ ਹੈ ਆ ਇਹ ਕਹਣਾ ਵੀ ਦੋਸ਼ੀ ਹੈ ਹੀ ਨਹੀਂ ਇਹ ਤਾਂ ਸਦਾ ਹੱਕ ਹੈ ਨਹੀਂ ਜੇ ਦੋਸ਼ੀ ਨਹੀਂ ਹੁਣ ਸਾਬਤ ਕਰਦਾਂਗੇ ਅਸੀਂ ਅਗਲਾ ਨੇ ਕੇਸ ਬਣਾਇਆ ਹੈ ਕਿ ਜੇ ਆਪਾਂ ਮੰਨ ਲਈਏ ਵੀ ਜੇ ਕੋਈ ਦੋਸ਼ੀ ਅਸੀਂ ਕਹਿੰਦੇ ਆ ਵੀ ਮੈਂ ਦੋਸ਼ੀ ਨਹੀਂ ਫਿਰ ਤਾਂ ਇੱਥੇ ਦੇਸ਼ ਜਿਹੜੇ ਕੇਸ ਰਜਿਸਟਰ ਕੀ ਜਾਂਦੇ ਨੇ ਰੋਜ਼ ਹੀ ਜੀ ਨੂੰ ਭੇਜ ਕੇ ਤਵੇ ਸੀ ਗਲਤ ਹੋ ਗਏ ਫਿਰ ਤੁਸੀਂ ਦੂਜੇ ਦੇਸ਼ ਨੂੰ ਮਤਲਬ ਨੂੰ ਚਾਹ ਨਹੀਂ ਸਾਬਦੇ ਦੇਸ਼ ਜੋ ਮਰਜ਼ੀ ਕਰਿਓ ਆਇ ਨਹੀਂ ਹੁੰਦਾ ਹੁੰਦਾ ਦੋ ਤੁਸੀਂ ਦੋਲੇ ਮਾਪਦੰਡ ਨਹੀਂ ਰੱਖ ਸਕਦੇ ਇੱਕ ਬਜਟ ਤੋਂ ਤਾਂ ਨਹੀਂ ਕਰ ਸਕਦੇ ਤੁਸੀਂ ਕਿਹ ਚਾਈ ਗਈ ਹੈ ਕੀ ਤੁਹਾਡਾ ਸਵਾਲ ਹੈ ਹਾਂ ਅਡਾਨੀ ਨੂੰ ਹੱਕ ਹੈ ਅਡਾਨੀ ਜੋ ਮਰਜ਼ੀ ਹੋ ਤੇ ਪ੍ਰਕਿਰਿਆ ਜਾਰੀ ਕਰੇ ਉਹਦੇ ਤੇ ਵੀਡੀਓ ਜਾਰੀ ਕਰੇ ਉਹਦੇ ਚ ਆਪਣੇ ਵਕੀਲ ਖੜੇ ਕਰੇ ਉਹਦੇ ਤੇ ਜਵਾਬ ਦੇਵੇ ਉਹ ਅਡਾਨੀ ਦਾ ਹੈ ਕਿਉਂ ਕਿ ਉਹਦੇ ਦੋਸ਼ ਲੱਗੇ ਉਹਨੇ ਨਾ ਜਵਾਬ ਦੇਣਾ ਸਰਕਾਰ ਨਾਲ ਤੇ ਕੋਈ ਲੱਗਾ ਤੇ ਗਈ ਨਹੀਂ ਜਾਂ ਜਿਨ੍ਹਾਂ ਦੇ ਨਾਮ ਆ ਰਹੇ ਨੇ ਵੀ ਇਹਨਾਂ ਨੂੰ ਵੀ ਪੈਸੇ ਦਿੱਤੇ ਨੇ ਉਹ ਆਪਦੇ ਆਪ ਨੂੰ ਡਿਫੈਂਡ ਕਰਨਗੇ ਵੀ ਭਾਈ ਅਸੀਂ ਤਾਂ ਕੋਈ ਨਹੀਂ ਸਰਕਾਰ ਨੂੰ ਜਾਂ ਇੱਕ ਪੋਲੀਟੀਕਲ ਪਾਰਟੀ ਨੂੰ ਇੱਥੇ ਕੀ ਹੋ ਰਿਹਾ ਮੈਂ ਤਾਂ ਕਹਿਣਾ ਵੀ ਜਾਦ ਇੱਕ ਪੋਲੀਟੀਕਲ ਪਾਰਟੀ ਖੁਦ ਪੈਂਦੀ ਹੈ ਉਸੇ ਗੱਲ ਤੇ ਜਿਹੜੀ ਗੱਲ ਲੋਕਾਂ ਦੇ ਮਨਾਂ 'ਚ ਸ਼ੰਕਾ ਹੈ ਤੇ ਫਿਰ ਪੋਲੀਟੀਕਲ ਪਾਰਟੀ ਉਹਦੇ 'ਚ ਛਾਵਲ ਹੈ ਜਿਵੇਂ ਜਿੰਨਾ ਈਸੀਆਈ ਦੇ ਬਾਰੇ ਆਉਂਦਾ ਉਹ ਭਾਜਪਾ ਉਹ ਈਸੀਆਈ ਨੂੰ ਡਿਫੈਂਡ ਕਰਦੀ ਹੈ ਈਸੀਆਈ ਭਾਜਪਾ ਨੂੰ ਡਿਫੈਂਡ ਕਰੀ ਜਾਂਦਾ ਇਹਦਾ ਮੈਂ ਦੋਨੇ ਲੜੇ ਹੋਏ ਨੇ ਨਹੀਂ ਈਸੀਆਈ ਨੂੰ ਭਾਜਪਾ ਨੂੰ ਡਿਫੈਂਡ ਕਰਨ ਦੀ ਕੀ ਲੋੜ ਹੈ ਭਾਜਪਾ ਨੂੰ ਈਸੀਆਈ ਨੂੰ ਡਿਫੈਂਡ ਕਰਨ ਦੀ ਕੀ ਲੋੜ ਹੈ ਈਸੀਆ ਦਾ ਆਪਣਾ ਕੰਮ ਹੈ ਆਜ਼ਾਦ ਹੈਗਾ ਉਹ ਉਹ ਕਰੇ ਸਰਕਾਰ ਬੀਜਪੀ ਆ ਬਦਕਰੀ ਅੱਜ ਇਹ ਸਰਕਾਰ ਈਸੀਆ ਨੂੰ ਡਿਫੈਂਡ ਕਰੇ ਮੈਂ ਸਮਝ ਸਕਦਾ ਪਰ ਜੇ ਬੀਜੇਪੀ ਪਾਰਟੀਆਂ ਨੂੰ ਬਚਾ ਕਰਦੀ ਆ ਉਹਦਾ ਇਹ ਸਮਝ ਰਹਾ ਬੋਲਦਾ ਉਹ ਕਿ ਉਹਨਾ ਬਚਾ ਕਰਨ ਉਹ ਈਸੀਆ ਹੀ ਆਪੇ ਉਹਦੇ ਕੋਲ ਕੋਈ ਤਾਕਤ ਥੋੜੀ ਹੈ ਇਦਾਂ ਹੀ ਜੇ ਬੀਜੇਪੀ ਕੋਈ ਦੋਸ਼ ਲਗਦਾ ਉਹ ਈਸੀਆ ਨਹੀਂ ਕੀ ਰਹਿਣਾ ਵੀਰ ਕੱਟੀਆਂ ਇੱਥੇ ਸਾਰੰਗੀ ਦੋਸ਼ ਲਗਦੇ ਨੇ ਈਸੀਆ ਨਹੀਂ ਕੀ ਰਹਿਣਾ ਕਿਹੜੀ ਪਾਰਟੀ ਦੀ ਕੀ ਦੋਸ਼ ਲਗਦਾ ਆਪੇ ਉਹ ਪਾਰਟੀ ਡਿਫੈਂਡ ਕਰੇ ਆਪਦੇ ਆਪ ਨੂੰ ਕਿ ਅਸੀਂ ਜਿਹੜੇ ਨਾਇਨ ਹੈ ਇਹ ਕ੍ਰਾਸ ਕਰ ਗਿਆਂ ਜਦ ਅਸੀਂ ਨਾਇਨ ਕ੍ਰਾਸ ਕਰਦੇ ਹਾਂ ਇਹਦਾ ਮਤਲਬ ਅਸੀਂ ਅੰਦਰੋਂ ਬੇਚੈਨ ਹਾਂ ਬੇਚੈਨ ਅਸੀਂ ਭੇਚਨ ਹੋ ਕੇ ਅਸੀਂ ਜਿਹੜੀ ਗੱਲ ਅਜੇ ਆਪਦੇ ਆਪ ਤੇ ਤਹਮਲ ਰੱਖਣਾ ਕਹਿੰਦੇ ਅਸੀਂ ਪੰਜਾਬੀ ਚਪਾਈ ਨੂੰ ਤਹਮਲ ਨਹੀਂ ਰੱਖ ਰਹੇ ਕਿ ਜੇਸ਼ਤਾ ਲੋਕ ਕਹਿੰਦੇ ਤੇਰ ਦਾ ਕੋ ਤੇਰ ਦੀ ਤਾਂ ਕੋਈ ਐਵੇਂ ਨਹੀਂ ਬਣੇ ਮਾਰਦੇ ਕਿ ਜੇਸ਼ਤਾ ਲੋ ਕੀ ਹੁੰਦਾ ਉਹਨਾਂ ਨੇ ਕਰ ਲਿਆ ਹਰ ਸਰਕਾਰ ਕੋਲ ਇਹ ਵੀ ਤਾਂ ਹੱਕ ਹੈਗਾ ਸੀ ਕਹਿੰਦਾ ਕਿ ਦੇਖੋ ਇਹਦੇ ਨਾਲ ਸਾਡਾ ਐ ਬੜਾ ਹੋ ਰਿਹਾ ਵੀ ਮੈਂ ਅਸੀਂ ਕਹਿੰਨੇ ਆ ਅਮਰੀਕਾ ਨਾਲ ਬ੍ਰੇਚ ਨਾਲ ਅਸੀਂ ਬ੍ਰੇਸ਼ੀ ਨੀਤੀ ਦੇ ਤਹਿਤ ਤੇ ਇਹਦੇ ਉਤੇ ਹੋਰ ਜਿਆਦਾ ਜ਼ੋਰ ਨਾਲ ਦੇਖ ਕੇ ਪੂਰਾ ਸਮੂਦ ਦੇਣ ਕਿਉਂਕਿ ਸਾਡੇ ਦੇਸ਼ ਦੇ ਆਰਥਚਾਰੇ ਤੇ ਬੜਾ ਵੱਡਾ ਸਵਰਥ ਹੈ ਇਹ ਮੈਂ ਕਹਿੰਦਾ ਸ਼ੰਸ ਬਟ ਵੀ ਇਹ ਤਾਂ ਨਹੀਂ ਨਾ ਡਿਪੈਂਡ ਕਰੇ ਇਹ ਮੇਰੀ ਕਸਮ ਤੋਂ ਬਾਹਰ ਹੈ ਕਿਉਂਕਿ ਭਾਜਪਾ ਦੇ ਨਾਲ ਇਹ ਨਾਲ ਕੱਤ ਤੱਕ ਵੀ ਜਦੋਂ ਬੀਜੇਪੀ ਕਹੇ ਵੀ ਉਹ ਤਾਂ ਸਦਨ ਅੰਦਰ ਹੈ। ਚੋਰ ਦੀ ਦਾੜੀ ਚ ਤੇ ਜੇ ਬੀਜੇਪੀ ਦੇ ਕਿਸੇ ਮੈਂਬਰ ਦੇ ਉੱਤੇ ਕੇਸ ਬੰਦ ਹੈ ਤੇ ਤਾਂ ਮੈਂ ਬੀਜੇਪੀ ਨੂੰ ਫੰਡ ਕਰੀ ਜਾਊਗੀ। ਠੀਕ ਹੈ। ਫਿਰ ਤਾਂ ਗੱਲ ਖਤਮ ਹੋ ਗਈ। ਦੂਜਿਆਂ ਤੋਂ ਤੁਸੀਂ ਕਹਿੰਦੇ ਵੀ ਕੇਸ ਬਣ ਗਿਆ ਤੁਸੀਂ ਡਿਫੈਂਡ ਨਾ ਕਰੋ। ਉਹਨਾਂ ਹੀ ਪਾਰਟੀਆਂ ਨੂੰ ਕਹਿੰਦੇ। ਨਹੀਂ ਇਸ ਕਰਕੇ ਦੋਰੇ ਮਾਪਦੰਡ ਨਹੀਂ ਚੱਲਣੇ। ਇਹ ਛੇ ਸਾਡੇ ਮੁਲਕ ਦੀ ਸਾਡੇ ਮੁਕਰੀਜਤ ਦਾ ਸਵਾਲ ਹੈਗਾ। ਇਹ ਚ ਕੋਈ ਦੋਰਾ ਹੀ ਨਹੀਂ ਹੈ। ਪਰ ਉਹ ਮੁਲਕ ਦੀ ਇੱਜ਼ਤ ਦਾ ਸਵਾਲ ਹੈ ਸੀ ਕਿਸ ਹੱਦ ਤੱਕ ਬਚਾ ਸਕਦੇ ਆ। ਸਾਡੀ ਕਿੰਨੀ ਭੂਮਿਕਾ ਹੈ ਇਹਦਾ ਧਿਆਨ ਰੱਖਣਾ ਜੇ ਅਸੀਂ ਇਹ ਧਿਆਨ ਨਹੀਂ ਰੱਖਾਂਗੇ ਤਾਂ ਮੈਨੂੰ ਲੱਗਦਾ ਹੈ ਮੰਨੋ ਇੱਕ ਡਾਕਟਰ ਨੇ ਦੀ ਗਲਤੀ ਨਾਲ ਮਰੀਜ਼ ਮਰ ਗਿਆ ਜੇ ਉਹਨੂੰ ਕੋਈ ਪੋਲਿਟਿਕਲ ਪਾਰਟੀ ਡਿਫੈਂਡ ਕਰਨ ਲੱਗੇ ਜੇ ਸਰਕਾਰੀ ਡਾਕਟਰ ਵੀ ਜੇ ਪੋਲਿਟਿਕਲ ਪਾਰਟੀ ਉਹਨੂੰ ਉਹਦਾ ਬਚਾਅ ਕਰਨ ਲੱਗੇ ਇਹਦਾ ਮਤਲਬ ਕੋਈ ਕਰਤਰਾ ਹੈ ਹਾਂ ਜੇ ਸਰਕਾਰ ਦਾ ਵਿਭਾਗ ਕਹੇ ਵੀ ਨਹੀਂ ਸਾਡੇ ਡਾਕਟਰ ਦਾ ਕੋਈ ਕਸੂਰ ਨਹੀਂ ਸਾਡੇ ਹਸਪਤਾਲ ਦਾ ਇਲਾਜ ਠੀਕ ਹੋਇਆ ਪਰ ਮਰੀਜ਼ ਹੀ ਖਾਤਿ ਸੀ ਉਹ ਮੈਂ ਸਮਝ ਸਕਦਾ ਕਿਉਂਕਿ ਸਰਕਾਰ ਦਾ ਹਸਪਤਾਲ ਹੈ ਸਰਕਾਰ ਦਾ ਡਾਕਟਰ ਉਹ ਚਾਹੇ ਡਾਕਟਰ ਦੀ ਗਲਤੀ ਵੀ ਹੋਈ ਸਰਕਾਰ ਆਪਦੇ ਕੋਲ ਉਹਨੂੰ ਫੇਰ ਅਧਿਕਾਰ ਹੁੰਦਾ ਹੈ ਕਿ ਕੋਈ ਗੱਲ ਨਹੀਂ ਸਾਨੂੰ ਲੱਗਦਾ ਇਹ ਕੁਝ ਨਹੀਂ ਹੋਇਆ ਪਰ ਫਿਰ ਵੀ ਅਸੀਂ ਇਹਦੀ ਜਾਂਚ ਕਰਤਾ ਹੈ ਇਹ ਦੋਹਾਂ ਨੂੰ ਫਰਕ ਕਰੀਦਾ ਹੈ ਪਾਰਟੀ ਔਰ ਸਰਕਾਰ 'ਚ ਫਰਕ ਹੈ ਸਰਕਾਰ ਔਰ ਪ੍ਰਾਈਵੇਟ ਬੰਦੇ 'ਚ ਫਰਕ ਹੈ ਸਰਕਾਰ ਔਰ ਦੂਜੇ ਦੇਸ਼ ਦੇ ਵਿੱਚ ਫਰਕ ਹੈ ਇਹ ਫਰਕ ਅਸਲ 'ਚ ਕਿੱਥੇ ਹੈ ਸਾਡੇ ਸਮੱਸਿਆ ਕਿੱਥੇ ਆ ਗਈ ਸੁਖਿੰਦਰ ਸਾਡੀ ਸਮੱਸਿਆ ਆ ਗਈ ਦੇ ਅਸੀਂ ਇਹ ਸਾਰੇ ਫਰਕ ਮਿਟਾ ਦੇ ਨਾ ਤਾਂ ਪਾਰਟੀ ਤੇ ਭਾਜੀ ਦੇ ਕੋਈ ਫਰਕ ਹੈ। ਭਾਜੀ ਤੇ ਸਰਕਾਰ ਚ ਕੋਈ ਫਰਕ ਹੈ। ਨਾ ਬੀਜੇਪੀ ਚ ਆਰਐਸਐਸ ਚ ਕੋਈ ਫਰਕ ਨਹੀਂ ਆ ਜਿਹੜਾ ਪੱਕਾ ਰਹਿਣਾ ਸੀ ਹਮੇਸ਼ਾ। ਤੇ ਨਾ ਹੁਣ ਬੀਜੇ ਸਰਕਾਰ ਤੇ ਆਰਐਸਐਸ ਚ ਕੋਈ ਫਰਕ ਹੈ। ਆਰਐਸਐਸ ਕਈ ਵਾਰ ਉਹਨਾਂ ਦੇ ਮੰਤਰੀ ਨੂੰ ਬੁਲਾ ਕੇ ਮੀਟਿੰਗਾਂ ਕਰਦਾ। ਅਸੀਂ ਨਾ ਬੀਜੇਪੀ ਔਰ ਘਰ ਨਾਲ ਰਿਲੇਸ਼ਨ ਚ ਕੋਈ ਫਰਕ ਹੈ। ਜੇ ਵਿਦੇਸ਼ੀਆਂ ਨਾਲ ਸੰਬੰਧ ਨੇ ਉਸੇ ਬੀਜੇਪੀ ਬੋਲਦੀ ਆ। ਬੀਜੇਪੀ ਬਤੌਰ ਪਾਰਟੀ ਹੋਸਟ ਨਾ ਬੋਲਣਾ ਉਹਨੇ। ਸਰਕਾਰ ਨੇ ਹੋਸਟ ਨਾ ਬੋਲਣਾ। ਉਹ ਸਰਕਾਰ ਦੀ ਸਾਡੇ ਬੀਜੇਪੀ ਬੋਲਦੇ ਪੀਜੇਪੀ ਸਾਡੇ ਸਰਕਾਰ ਬੋਲਦੇ ਫੇਤਾ ਦਾ ਮਤਲਬ ਕਿ ਖਿਚੜੀ ਹੋਈ ਨੇ ਹੁਣ ਤਾਂ ਸਰਕਾਰ ਵੀ ਕੱਡੀ ਬੀਜੇਪੀ ਦੀ ਹੈ ਨਹੀਂ ਸਰਕਾਰ ਵੀ ਐਨਡੀਆ ਦੀ ਹੈ ਫਿਰ ਸਰਕਾਰ ਕੱਡੀ ਕੇਂਦਰ ਦੀ ਨਹੀਂ ਹੈ ਸੂਬਿਆਂ ਚ ਸਰਕਾਰਾਂ ਨੇ ਉਹ ਕੋਈ ਵਿਰੋਧੀ ਦਲ ਨਹੀਂ ਹੋਈ ਨੇ ਫੇਸ ਕਰਕੇ ਮੁਲਕ ਦੀ ਚਾਹੇ ਗਵਰਨੈਂਸ ਹੈ ਹਕੂਮਤ ਹੈ ਹਕੂਮਤ ਹੈ ਚਾਹੇ ਇਸ ਦੀ ਇੱਜ਼ਤ ਹੈ ਉਹ ਕੱਡੀ ਬੀਜੇਪੀ ਨੇ ਨਹੀਂ ਬਚਾਉਣੀ ਉਹ ਫੰਦੀ ਕੇਂਦਰ ਸਰਕਾਰ ਨੇ ਨਹੀਂ ਬਚਾਉਣੀ ਉਹ ਅਸੀਂ ਸਾਰੇ ਨੇ ਬਚਾਉਣੀ ਹੈ ਕਿ ਐਸੀ ਸਿਆਸੀ ਪਾਰਟੀ ਹਾਂ ਚਾਹ ਨਹੀਂ ਹਾਂ ਕਿ ਐਸੀ ਸਰਕਾਰ ਚ ਹਾਂ ਚਾਹ ਨਹੀਂ ਹਾਂ ਕਿ ਐਸੀ ਕੇਂਦਰੀ ਸਰਕਾਰਾਂ ਚਾਹੇ ਸੀ ਸੂਬੇ ਦੀ ਸਰਕਾਰ ਅਸੀਂ ਸਾਰੇ ਨੇ ਬਚਾਉਣੀ ਆ ਆਪਣੇ ਦੇਸ਼ ਦੀ ਇੱਜ਼ਤ ਆ ਤੋਂ ਉਹ ਜਿਹੜੀਆਂ ਲਾਈਨਾਂ ਖਿੱਕੀਆਂ ਹੁੰਦੀਆਂ ਨੇ ਇਹ ਉਹੀ ਜੀ ਗੱਲ ਹੈ ਵੀ ਰੈਫਰੀ ਇੱਕ ਬੰਦਾ ਦੂਜੇ ਦੇ ਹਾਕੀ ਮਾਰੇ ਹਾਕੀ ਖੇਡ ਲੋਏ ਫਿਰ ਰੈਫਰੀ ਜੇ ਚਾ ਜੀ ਦੀ ਹਾਕੀ ਵੱਜੀ ਹੈ ਉਹ ਦਾ ਮਲਮ ਪੱਟੀ ਕਰਦਾ ਫੇਰ ਤਾਂ ਠੀਕ ਹੈ। ਕਿ ਜੇ ਰੈਫਰੀ ਇਹ ਕਹੀ ਜਾਵੇ ਇਹਨਾਂ ਦਾ ਮੈਚ ਜਿੱਤ ਜਾਣਾ ਸੀ ਇਹ ਹਾਕੀ ਨਾਲ ਗੜਬੜ ਹੋ ਗਈ। ਫਿਰ ਉਹ ਆਪਣੀ ਵਿਆਇੰਤੋਂ ਦੂਰ ਜਾ ਰਿਹਾ। ਸੋ ਇਸ ਕਰਕੇ ਆਪਾਂ ਨੂੰ ਇਹ ਗੱਲ ਦੇਖਣੀ ਹੁੰਦੀ ਹਾਂ ਜਿਨੇ ਹਾਕੀ ਮਾਰੀ ਉਹਨੂੰ ਕੱਢ ਸਕਦਾ। ਵੀ ਤੂੰ ਹਾਕੀ ਮਾਰੀਆ ਤੈਨੂੰ ਮੈਂ ਕਰਿਆ। ਕਿਉਂਕਿ ਰੈਫਰੀ ਹੈ। ਸੋ ਉਹਨੂੰ ਰੈਫਰੀ ਬਣ ਕੇ ਰਹਿਣਾ ਚਾਹੀਦਾ ਹੈ। ਸਾਡੇ ਜਿਹੜਾ ਰੈਫਰੀ ਹੈ ਉਹ ਪਾਸੇ ਡੈਂਡਾ।ਿੱੱਥੇ ਵੀ ਜਾਂਦੇ। ਡਾਕਟਰ ਤਾਂ ਪਾਸੇ ਲੈਂਦਾ। ਇੰਗਲ ਡਾਕਟਰ ਨੇ ਕਹਿੰਦਾ ਵੀ ਇਹ ਮੁਸਲਮਾਨਾਂ ਨੂੰ ਬਚਾ ਕੇ ਕੀ ਕਰਨਾ ਮੁਸਲਮਾਨਾਂ ਤੇ ਜਿੰਨੇ ਹਮਲੇ ਹੋਏ ਨੇ ਮੈਂ ਨਹੀਂ ਕਹਿੰਦਾ ਉਹ ਕਿੰਨੇ ਠੀਕ ਨੇ ਕਿੰਨੇ ਘਾ ਪਰ ਤੁਸੀਂ ਉਹਨਾਂ ਤੇ ਐ ਹਮਲੇ ਕਰਦੇ ਜਿਨ੍ਹਾਂ ਦੇਸ਼ ਦੇ ਦੁਸ਼ਮਣ ਹੀ ਹੁੰਦੇ ਨੇ ਔਰ ਜਿਹੜੇ ਫੜੇ ਜਾਂਦੇ ਨੇ ਜ਼ਿਆਦਾ ਜਿਹੜੇ ਦੇਸ਼ ਦੀ ਗੁੱਝੇ ਭੇਤ ਦੱਸਦੇ ਨੇ ਉਹ ਬਹੁਤ ਹਿੰਦੂ ਫੜੇ ਗਏ ਨੇ ਗਿਣਤੀ ਕਾ ਕੇ ਲਿਖ ਲੈਣਾ ਅੱਜ ਤੱਕ ਜਿੰਨੀ ਗਿਣਤੀ ਕਰਨੀਆਂ ਕਰ ਲੈਣਾ ਕਰਾਪਸ਼ਨ 'ਚ ਜ਼ਿਆਦਾ ਹਿੰਦੂ ਫੜੇ ਗਏ ਨੇ ਤੇ ਦੇਸ਼ ਦੇ ਭੇਤ ਨਹੀਂ ਕਰਨ ਚ ਵੀ ਹਿੰਦੂ ਜ਼ਿਆਦਾ ਫੜੇ ਗਏ ਨੇ ਕਿਉਂਕਿ ਗਿੰਦਿਓ ਹਿੰਦੂ ਹੁੰਦੇ ਜ਼ਿਆਦਾ ਹੈ ਇਹ ਜਿਹੜੀ ਹਿੰਦੂਆਂ ਵੀ ਜਾਂਦਾ ਗਏ ਨੇ ਕਾਨਾ ਵੀ ਹਿੰਦੂਆਂ ਦੀਆਂ ਜ਼ਿਆਦਾ ਕਈਆਂ ਨੇ ਤੇ ਇਸ ਕਰਕੇ ਇਹ ਕਹਿਣਾ ਵੀ ਇਹ ਕਿਉਂਕਿ ਮੁਸਲਮਾਨ ਹੈ ਕਿਉਂਕਿ ਸਿੱਖ ਹੈ ਕਿਉਂਕਿ ਇਸਾਈ ਹੈ ਇਸ ਕਰਕੇ ਦੇ ਸਾ ਦੁਸ਼ਮਣ ਹੈ ਇਹ ਦੋਸ਼ ਗਲਤ ਹੁੰਦਾ ਹੈ ਇਹ ਘੱਟੋ ਘੱਟ ਸਰਕਾਰ ਨੂੰ ਨਹੀਂ ਲਾਉਣਾ ਚਾਹੀਦਾ ਕੋਈ ਪੋਲੀਟੀਕਲ ਪਾਰਟੀ ਜਿਹੜੀ ਹੈ ਉਹ ਫਿਰ ਵੀ ਲਾ ਦਿੰਦੀ ਹੈ ਕਈ ਵਾਰ ਸਰਕਾਰ ਦੇ ਵਾਸਤੇ ਸਾਰੇ ਬਣਾਉਂਦੇ ਹਨਾ ਜੋ ਸਰਕਾਰ اور پارٹی 'ਚ فرق ਸਰਕਾਰ اور ਵੀ ਇਸ ਤੇ فرق ਸਰਕਾਰ ਔਰ ਵਿਦੇਸ਼ ਨੀਤੀ ਚ ਵਿਦੇਸ਼ਾਂ ਦੇ ਨਾਲ ਸਬੰਧ ਚ ਫਰਕ ਇਹ ਫਰਕ ਸਾਨੂੰ ਤੈਅ ਸ਼ੋਦਾ ਮਾਪ ਡੰਡਾ ਦੇ ਥੱਲੇ ਮਰਿਆਦਾ ਦੇ ਥੱਲੇ ਰੱਖਣੀ ਚਾਹੀਦੇ ਨੇ ਨਹੀਂ ਤਾਂ ਸਾਡਾ ਉਹ ਹਾਲ ਹੋ ਜੂ ਬਾਬੇ ਨੇ ਕਿਹਾ ਅੰਦਾ ਗੂ ਜੇ ਚੀਏ ਕਿਉ ਪੱਦਰ ਜਾਨ ਆਪਮੇ ਸੇ ਮਤ ਹੋਸੀ ਬਸ ਆਗਾ ਦੇ ਫਿਰ ਪਾਣੂ ਇਸੋਂ ਬਚੇ ਸ਼ੁਕਰੀਆ ਡਾਕਟਰ ਸਾਹਿਬ ਤੁਹਾਨੂੰ ਜੀ